ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਜੀ ਅਤਿਅੰਤ ਵਡਭਾਗੇ ਹੋ ਔਰ ਸਤਿਗੁਰੂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਮਹਾਰਾਜ ਦਾ ਪਵਿੱਤਰ ਪਾਵਨ ਇਤਿਹਾਸ ਅਨੰਦਪੁਰ ਸਾਹਿਬ ਦੇ ਕਿਲ੍ਹੇ ਛੱਡਣ ਦਾ ਸਰਵਣ ਕਰ ਰਹੇ ਹੋ। ਜਦੋਂ ਪਹਾੜੀਆਂ ਨੇ ਅਤੇ ਤੁਰਕਾਂ ਨੇ ਦਗਾ ਕੀਤਾ, ਪਾਈਆਂ ਹੋਈਆਂ ਕਸਮਾਂ ਕੁਰਾਨ ਦੀਆਂ ਅਤੇ ਗੀਤਾ ਅਤੇ ਗਊ ਦੀਆਂ ਭੁੱਲ ਗਏ ਅਤੇ ਖਾਲਸੇ 'ਤੇ ਹੱਲਾ ਬੋਲ ਦਿੱਤਾ। ਪਹਿਲਾਂ ਸਭ ਤੋਂ ਬਾਬਾ ਅਜੀਤ ਸਿੰਘ ਜੀ ਨੇ ਉਸ ਹੱਲੇ ਨੂੰ ਰੋਕਿਆ। ਕਿੰਨਾ ਹੀ ਚਿਰ ਬਾਬਾ ਅਜੀਤ ਸਿੰਘ ਜੀ ਛਾਤੀ ਡਾਹ ਕੇ ਤੁਰਕਾਂ ਨਾਲ ਪਹਾੜੀਆਂ ਨਾਲ ਲੜਦੇ ਰਹੇ। ਪਿੱਛੋਂ ਮਹਾਰਾਜ ਨੇ ਭਾਈ ਉਦੇ ਸਿੰਘ ਜੀ ਨੂੰ ਭੇਜਿਆ ਹੈ। ਭਾਈ ਉਦੇ ਸਿੰਘ ਜੀ ਨੇ ਜਾ ਕੇ ਉਹ ਕਮਾਨ ਸੰਭਾਲ ਲਈ ਔਰ ਭਾਈ ਜੀਵਨ ਸਿੰਘ ਵੀ ਉਹਨਾਂ ਦੀ ਮਦਦ 'ਤੇ ਮਹਾਰਾਜ ਨੇ ਭੇਜ ਦਿੱਤੇ। ਭਾਈ ਉਦੇ ਸਿੰਘ ਸਾਹਿਬ ਜੀ 10ਵੇਂ ਪਾਤਸ਼ਾਹ ਦੀਆਂ ਫੌਜਾਂ ਦੇ ਸਭ ਤੋਂ ਵੱਡੇ ਜਰਨੈਲ। ਜਿੰਨੀ ਖਾਲਸੇ ਦੀ ਫੌਜ ਸੀ, ਜਿੰਨੀ ਸਾਰੀ ਸੈਨਾ ਸੀ, ਉਸ ਸਾਰੀ ਫੌਜ ਦੇ ਜਥੇਦਾਰ ਭਾਈ ਉਦੇ ਸਿੰਘ ਸਨ। ਬਹੁਤ ਵੱਡੇ ਨਾਮੀ ਯੋਧੇ ਭਾਈ ਮਨੀ ਸਿੰਘ ਸ਼ਹੀਦ ਦੇ ਪੁੱਤਰ ਸਨ। ਆਪ ਜੀ ਦੀ ਮਹਾਨ ਸ਼ਹਾਦਤ ਦਾ ਜ਼ਿਕਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ ਬੜੇ ਵੀਰ ਰਸ ਵਿੱਚ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਆਪਣੀ ਬਿਰਤੀ ਨੂੰ ਸ਼ਾਹੀ ਟਿੱਬੀ 'ਤੇ ਲੈ ਚੱਲੀਏ। ਸ੍ਰੀ ਅਨੰਦਪੁਰ ਸਾਹਿਬ ਕੀਰਤਪੁਰ ਸਾਹਿਬ ਤੋਂ ਟੱਪੀਏ। ਪਰਿਵਾਰ ਵਿਛੋੜੇ ਤੋਂ ਪਹਿਲਾਂ ਇਹ ਗੁਰਦੁਆਰਾ ਹੈ ਸ਼ਾਹੀ ਟਿੱਬੀ। ਇਹਦਾ ਪੁਰਾਤਨ ਨਾਮ ਹੀ ਸ਼ਾਹੀ ਟਿੱਬੀ ਹੈ। ਕਾਲੀ ਟਿੱਬੀ, ਸ਼ਿਆਮ ਟਿੱਬੀ, ਸ਼ਾਹੀ ਟਿੱਬੀ, ਆਮ ਬੋਲੀ 'ਚ ਸ਼ਾਹੀ ਟਿੱਬੀ ਕਹਿ ਦਿੰਦੇ ਹਨ। ਉਹ ਸ਼ਾਹੀ ਟਿੱਬੀ ਦੇ ਉੱਤੇ ਜੰਗ ਸ਼ੁਰੂ ਹੋਇਆ। ਕਿਸ ਤਰ੍ਹਾਂ ਮਹਾਬਲੀ ਯੋਧੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਜੂਝ ਰਹੇ ਨੇ, ਗੁਰੂ ਮਹਾਰਾਜ ਦੇ ਸਭ ਤੋਂ ਪਿਆਰੇ ਯੋਧੇ ਕਿਸ ਤਰ੍ਹਾਂ ਨਿਖੜ ਰਹੇ ਨੇ, ਸ਼ਹੀਦੀਆਂ ਪਾ ਰਹੇ ਨੇ। ਇਸ ਹਫ਼ਤੇ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਸਿੰਘਾਂ ਦੇ ਨਾਮ ਸ਼ਹੀਦਾਂ ਦੇ ਆਉਣੇ ਨੇ ਆਪਾਂ ਸੁਣਨੇ ਨੇ। ਸਾਰਿਆਂ ਪ੍ਰਤੀ ਸਾਡੇ ਮਨ 'ਚ ਸਤਿਕਾਰ ਹੋਣਾ ਚਾਹੀਦਾ। ਉਹਨਾਂ ਦੀ ਯਾਦਾਂ ਸਦਾ ਅਮਰ ਰਹਿਣੀਆਂ ਚਾਹੀਦੀਆਂ ਨੇ ਸਾਡੇ ਦਿਲ ਦਿਮਾਗ ਵਿੱਚ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਦਾ ਪ੍ਰਸੰਗ ਸੁਣੋ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਣੋ ਉਦੇ ਸਿੰਘ ਸੋਰਣ ਭਾ, ਜਿਵੇਂ ਭਾਈ ਉਦੇ ਸਿੰਘ ਨਾਲ ਯੁੱਧ ਹੋਇਆ ਹੈ, ਢੁੱਕੇ ਤੁਰਕ ਪਹਾੜੀ, ਜਿਸ ਤਰ੍ਹਾਂ ਤੁਰਕਾਂ ਦੇ ਪਹਾੜੀਆਂ ਨੇ ਜ਼ੋਰ ਦਾ ਹੱਲਾ ਬੋਲਿਆ ਸੀ, ਜਾਣਿਓ ਗੁਰੂ ਇਹਾਰਣ ਘਾਲਤ। ਭਾਈ ਉਦੇ ਸਿੰਘ ਉਹਨਾਂ ਦੇ ਹੱਲੇ ਦੇ ਸਾਹਮਣੇ ਇਸ ਤਰ੍ਹਾਂ ਖੜ ਗਏ ਜਿਵੇਂ ਦਰਿਆ ਦੇ ਸਾਹਮਣੇ ਕੋਈ ਵੱਡੀ ਪੱਥਰ ਦੀ ਚਟਾਨ ਜਾਂ ਪਹਾੜ ਖੜ ਜਾਂਦਾ। ਇੰਨਾ ਘਮਸਾਨ ਦਾ ਯੁੱਧ ਉਦੇ ਸਿੰਘ ਨੇ ਕੀਤਾ ਕਿ ਪਹਾੜੀਆਂ ਨੂੰ ਅਤੇ ਤੁਰਕਾਂ ਨੂੰ ਭੁਲੇਖਾ ਪੈ ਗਿਆ। ਭੁਲੇਖਾ ਕੀ ਪਿਆ, ਉਹਨਾਂ ਨੂੰ ਇੰਝ ਲੱਗਾ ਵੀ ਖੁਦ ਗੁਰੂ ਗੋਬਿੰਦ ਸਿੰਘ ਲੜ ਰਿਹਾ ਹੈ। ਇੱਕ ਇੱਕ ਤੀਰ ਦੇ ਨਾਲ ਉਦੇ ਸਿੰਘ ਪੰਜਾਂ ਪੰਜਾਂ ਦੀਆਂ ਛਾਤੀਆਂ ਚੀਰ ਸੁੱਟਦਾ ਹੈ। ਇਤਨੇ ਤਿੱਖੇ ਤੀਰ ਮਾਰਦਾ ਹੈ ਕਿ ਉਦੇ ਸਿੰਘ ਦੇ ਤੀਰ ਇੰਝ ਜਾਪਦੇ ਨੇ ਪਹਾੜੀਆਂ ਨੂੰ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਤੀਰ ਹਨ। ਬਕਰ ਕੇ ਦੌਲੇ ਹਮਾਰੀ, ਆਪਸ ਵਿੱਚ ਗੱਲਾਂ ਕਰਦੇ ਨੇ, ਜਾਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਜਿਉਂਦੇ ਫੜ ਲਓ ਜਾਂ ਮਾਰ ਲਓ, ਇਹ ਮੌਕਾ ਹੈ, ਗੁਰੂ ਰੜੇ ਮੈਦਾਨ 'ਚ ਸਾਡੇ ਕਾਬੂ ਆ ਗਿਆ ਅਤੇ ਅੱਜ ਗੁਰੂ ਗੋਬਿੰਦ ਸਿੰਘ ਨੂੰ ਮਾਰ ਕੇ ਉਹਦਾ ਸਿਰ ਵੱਢ ਕੇ ਦਿੱਲੀ ਦੇ ਬਾਦਸ਼ਾਹ ਕੋਲ ਪੇਸ਼ ਕਰ ਦਈਏ, ਔਰੰਗਜ਼ੇਬ ਕੋਲ।
ਪਾਏ ਜੋਰ ਅਣਗਣਤ ਚਮੂ ਤਬ। ਸਾਰੀਆਂ ਫੌਜਾਂ ਪਹਾੜੀ ਰਾਜਿਆਂ ਦੀਆਂ ਤੇ ਤੁਰਕਾਂ ਦੀਆਂ ਸੂਬਿਆਂ ਦੀਆਂ ਜੋਰ ਪਾ ਰਹੀਆਂ ਨੇ, ਭੁਲੇਖੇ ਵਿੱਚ ਹਨ। ਉਹ ਸਮਝ ਰਹੇ ਨੇ ਵੀ ਇਹ ਉਦੇ ਸਿੰਘ ਨਹੀਂ, ਖੁਦ ਗੁਰੂ ਗੋਬਿੰਦ ਸਿੰਘ ਹੈ। ਹਨੇਰੇ 'ਚ ਪਤਾ ਤਾਂ ਲੱਗਦਾ ਨਹੀਂ, ਪਛਾਣਿਆ ਤਾਂ ਜਾਂਦਾ ਨਹੀਂ, ਬਸ ਉਦੇ ਸਿੰਘ ਦੇ ਪਰਾਕਰਮ ਤੋਂ, ਉਦੇ ਸਿੰਘ ਦੇ ਤੀਰ ਚਲਾਉਣ ਤੋਂ ਅੰਦਾਜ਼ਾ ਲਾਉਂਦੇ ਨੇ ਵੀ ਇਹ ਕੋਈ ਛੋਟਾ ਮੋਟਾ ਯੋਧਾ ਨਹੀਂ ਹੈ, ਇਹ ਖੁਦ ਸਿੱਖਾਂ ਦਾ ਗੁਰੂ ਹੈ। ਹਾਂਜੀ, ਉਮੜੀ ਓਰੜ ਆਈ। ਸੋ ਗੁਰੂ ਸਾਹਿਬ ਜੀ ਨੂੰ ਸਮਝ ਕੇ, ਉਦੇ ਸਿੰਘ ਨੂੰ ਗੁਰੂ ਸਾਹਿਬ ਸਮਝ ਕੇ, ਤੁਰਕਾਂ ਦੀ ਭਾਰੀ ਫੌਜ ਨੇ ਹੱਲਾ ਬੋਲਿਆ ਵੀ ਅੱਜ ਮਾਰ ਲੈਣਾ ਹੈ ਗੁਰੂ ਨੂੰ। ਤੁਖੇ ਪਲੀਥੇ ਛੂਟੇ ਗੁਲਕਾ, ਦੋਹਾਂ ਪਾਸਿਆਂ ਤੋਂ ਗੋਲੀਆਂ ਚੱਲ ਰਹੀਆਂ ਨੇ, ਤੀਰ ਚੱਲ ਰਹੇ ਨੇ, ਪਲੀਤੇ ਤੁਖਦੇ ਨੇ। ਗਿਰਹਿ ਵੀਰ ਸਮੁਦਾਈ, ਦੜ ਦੜ ਕਰਦੇ ਜਵਾਨ ਧਰਤੀ ਤੇ ਡਿੱਗਦੇ ਨੇ ਘੋੜਿਆਂ ਤੋਂ। ਰੁਕਿਓ ਉਦੈ ਸਿੰਘ ਤਜਤ ਨ ਥਲ ਕੋ, ਭਾਈ ਉਦੈ ਸਿੰਘ ਮੈਦਾਨੇ ਜੰਗ ਵਿੱਚ ਅੜ ਕੇ ਖਲੋ ਗਿਆ ਹੈ ਤੇ ਪੈਰ ਪਿੱਛੇ ਨਹੀਂ ਹਟਾਉਂਦਾ। ਹੈ ਤੀਰ ਕਰ ਕਰੋਧਾ, ਔਰ ਕੰਨਾਂ ਦਾ ਖਿੱਚ ਖਿੱਚ ਕੇ ਤੀਰ ਮਾਰਦਾ ਹੈ, ਬੜੇ ਕ੍ਰੋਧ ਦੇ ਨਾਲ, ਵੀਰ ਰਸ ਦੇ ਨਾਲ ਤੀਰ ਛੱਡਦਾ। ਛਾੜ ਛਾੜ ਕਰਦੇ ਤੀਰ ਜਾਂਦੇ ਨੇ ਉਹਦੇ ਸਿੰਘ ਦੇ। ਲਲਕਾਰ ਤਮਰ ਹੋ ਰਿਪ ਗਨ ਕੋ, ਵੈਰੀਆਂ ਨੂੰ ਲਲਕਾਰ ਲਲਕਾਰ ਕੇ, ਆ ਜਾਓ ਮੈਦਾਨ ਵਿੱਚ ਸੂਰਮਿਓ ਬਹਾਦਰੋ, ਜੋਧਿਓ ਸਿੰਘਾਂ ਨੂੰ ਲਲਕਾਰਦਾ ਹੈ। ਏਦਾਂ ਕਹਿ ਕੇ ਉਦੇ ਸਿੰਘ ਨੇ ਦੁਸ਼ਮਣ ਦੀ ਫੌਜ ਦਾ ਅੱਗਾ ਰੋਕ ਲਿਆ ਹੈ। ਪਹਾੜੀਏ ਤੇ ਤੁਰਕ ਧਰਤੀ ਤੇ ਦੜ 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 ਕਰਕੇ ਡਿੱਗਦੇ ਨੇ ਜਦੋਂ ਉਦੇ ਸਿੰਘ ਦੇ ਸਿੰਘਾਂ ਦੇ ਤੀਰ ਪੈਂਦੇ ਨੇ। ਹੇਲ ਵਿਸਾਦੇ, ਤੁਰਕਾਂ ਦੇ ਪਹਾੜੀਆਂ ਦੀ ਫੌਜ ਮੁੜ ਮੁੜ ਕੇ ਹੱਲੇ ਕਰਦੀ ਆ, ਹੱਲੇ ਤੇ ਹੱਲਾ ਕਰਦੀ ਆ। ਤੁਰਕਾਂ ਦੇ ਜਰਨੈਲ, ਪਹਾੜੀਆਂ ਦੇ ਸੂਬੇ, ਰਾਜੇ ਸਭ ਬਾਰ ਬਾਰ ਕਹਿੰਦੇ ਫੜ ਲਓ, ਮਾਰ ਲਓ, ਜੋਧਿਓ, ਬਹਾਦਰੋ, ਗਾਜੀਓ, ਇਹ ਗੁਰੂ ਗੋਬਿੰਦ ਸਿੰਘ ਲੜ ਰਿਹਾ, ਇਹਨੂੰ ਫੜ ਕੇ ਜਿਉਂਦਾ ਫੜ ਲਓ, ਜੇ ਜਿਉਂਦਾ ਨਹੀਂ ਤਾਂ ਇਹਨੂੰ ਜਾਨ ਤੋਂ ਮਾਰ ਲਓ, ਜੇ ਅੱਜ ਜਿਉਂਦਾ ਨਿਕਲ ਗਿਆ ਫਿਰ ਸਾਡੇ ਕਾਬੂ ਨਹੀਂ ਆਉਣਾ, ਅੱਜ ਇਹਨੂੰ ਮਾਰ ਲਓ। ਗੁਰੂ ਕਲਗੀਧਰ ਪਾਤਸ਼ਾਹ ਦਾ ਭੁਲੇਖਾ ਖਾ ਰਹੇ ਨੇ ਉਦੇ ਸਿੰਘ ਤੋਂ। ਹਾਂਜੀ, ਬਹੁਤ ਅਲਪ ਕੁਛ ਲਖੇ ਨਾ ਜਾਹੀ, ਹਾਂ ਬਹੁਤਿਆਂ ਤੇ ਥੋੜਿਆਂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਪਤਾ ਹੀ ਨਹੀਂ ਲੱਗ ਰਿਹਾ ਹਨੇਰੇ 'ਚ ਵੀ ਕਿੰਨੇ ਕੁ ਉੱਧਰ ਨੇ ਕਿੰਨੇ ਕੁ ਉੱਧਰ ਨੇ। ਲੜਾਈ ਬੜੀ ਗਹਿ ਗੱਚ ਹੋ ਰਹੀ ਹੈ, ਲੋਹੇ ਤੇ ਲੋਹਾ ਵੱਜ ਰਿਹਾ ਹੈ, ਜਿਵੇਂ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਲਿਖਿਆ ਨਾ ਕਿ ਉਮਰ ਲੱਥੇ ਸੂਰਮੇ, ਮਾਰ ਮਚੀ ਕਰਾਰੀ, ਬੜੀ ਕਰਾਰੀ ਮਾਰ ਮਚੀ ਹੈ ਜੰਗ ਦੀ। ਸੰਗਰਾਮ ਕਰਾਲੇ, ਬੜਾ ਭਿਆਨਕ ਯੁੱਧ ਹੋ ਰਿਹਾ ਹੈ। ਚਾਗੜ ਦੰਗ ਨਾਗੜ ਦੰਗ ਬਾਗੜ ਦੰਗ ਬਾਜੇ, ਗਾਗੜ ਦੰਗ ਗਾਜੀ ਮਹਾ ਗੱਜ ਗਾਜੇ, ਕਾਗੜ ਦੰਗ ਕਾਤੀ ਕਟਾਰੀ ਕੜਾਕੰਗ, ਤਾਗੜ ਦੰਗ ਤੀਰੰਗ ਤੁਪਕੰਗ ਤੜਾਕੰਗ, ਸਾਗੜ ਦੰਗ ਸ਼ਸਤਰੰਗ ਝਾਗੜ ਦੰਗ ਝਾੜਾਂ, ਨਾਗੜ ਦੰਗ ਨਗਾਰੇ ਬਾਗੜ ਦੰਗ ਬਾਜੇ, ਏਦਾਂ ਜੰਗ ਹੋ ਰਿਹਾ ਹੈ। ਹੜ ਹੜ ਹਸਤ ਜੋਗਣੀ ਨੱਚ ਹੈ, ਆ ਕਹਿੰਦੇ ਜੋਗਣੀਆਂ ਹੜ ਹੜਾ ਕੇ ਨੱਚ ਰਹੀਆਂ ਤੇ ਹੱਸ ਰਹੀਆਂ ਨੇ ਕਲਜੋਗਣਾ। ਭੂਤ ਪ੍ਰੇਤ ਬੈਤਾਲਾ, ਭੂਤ ਪ੍ਰੇਤ ਬੈਤਾਲ ਕਿਲਕਾਰੀਆਂ ਮਾਰਦੇ ਨੇ, ਯੋਧਿਆਂ ਦਾ ਖੂਨ ਖੱਪਰਾਂ 'ਚ ਭਰ ਭਰ ਕੇ ਪੀਂਦੇ ਨੇ। ਜੰਬੁਕ ਪ੍ਰਿੰਦ ਪੁਕਾਰੈ ਦਾਰੁਣ, ਬੜੀ ਭਿਆਨਕ ਆਵਾਜ਼ ਵਿੱਚ ਜੰਬੁਕ ਗਿੱਦੜ ਕੂਕਦੇ ਨੇ। ਆਮਿਕ ਪਖੈ ਵਿਸਾਲਾ, ਯੋਧਿਆਂ ਦਾ ਮਾਸ ਖਾਂਦੇ ਨੇ, ਯੋਧਿਆਂ ਦੀਆਂ ਲਾਸ਼ਾਂ ਨੂੰ ਤਰੀਕਦੇ ਫਿਰਦੇ ਨੇ ਜਾਨਵਰ। ਦਮ ਮਹਿ ਜਿਮ ਜਿੰਗਣ ਚਮਕੰਤੇ, ਜਿਵੇਂ ਹਨੇਰੀ ਰਾਤ ਵਿੱਚ ਜੁਗਨੂੰ ਚਮਕਦੇ ਨੇ, ਪੱਟ ਬੀਜ ਨੇ ਜੁਗਨੂੰ ਛੋਟੇ ਛੋਟੇ ਟਟਹਿਣੇ ਰਾਤ ਨੂੰ, ਭਾਦਰੋਂ ਦੀ ਰਾਤ ਨੂੰ, ਜੈਸੇ ਭਾਦਵ ਮਾਸ ਕੀ ਰਹਿਣ ਲਸੈਂ ਪੱਟ ਬੀਜਨ ਕੀ ਚਮਕਾਰੀ। ਇੱਦਾਂ ਸਾਧ ਸੰਗਤ ਜੀ ਉੱਥੇ
ਬੰਦੂਕਾਂ ਦੇ ਪਲੀਤੇ ਧੁਖਦੇ ਨੇ, ਧੁਖੇ ਪਲੀਤੇ ਪੁੰਜਾ, ਬਹੁਤ ਸਾਰੀਆਂ ਬੰਦੂਕਾਂ ਚੱਲਦੀਆਂ ਦੋਵਾਂ ਪਾਸਿਆਂ ਤੋਂ ਕਾੜ ਕਾੜ ਕਰਦੀਆਂ, ਪਲੀਤੇ ਧੁਖਦੇ ਨੇ ਜਿਵੇਂ ਹਨੇਰੇ ਚ ਜੁਗਨੂ ਚਮਕਦੇ ਨੇ, ਧੜਪੜ ਸ਼ਬਦ ਧਾਨ ਬਹੁ ਲੈ ਜਿਮ, ਜਿਵੇਂ ਪਠਿਆਰੇ ਦੀ ਭੱਠੀ ਦੇ ਵਿੱਚ ਮੱਕੀ ਦੇ ਦਾਣੇ ਭੁੱਜਦਿਆਂ ਤੜਫੜ 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 ਹੁੰਦੀ ਹੈ, ਏਦਾਂ ਗੋਲੀਆਂ ਦੀ ਤੜਫੜ ਤੜਫੜ ਹੋ ਰਹੀ ਹੈ। ਪਹਾੜ ਵਿਖੇ ਕਿਨ ਪੁੰਜਾ, ਜਿਵੇਂ ਭੱਠੀ ਦੇ ਵਿੱਚ ਪਹਾੜ ਦੇ ਵਿੱਚ ਦਾਣੇ ਭੁੰਨ ਰਿਹਾ ਹੋਵੇ ਕੋਈ ਪਠਿਆਰਾ। ਗਿਰਹ ਸਿੰਘ ਸਨ ਮੁਖ ਸ਼ਤਰੁਨ, ਗੁਰੂ ਕੇ ਲਾਲ ਗੁਰੂ ਕੇ ਸਿੰਘ ਗੁਰੂ ਕੇ ਸੂਰਮੇ, ਛਾਤੀਆਂ ਚ ਗੋਲੀਆਂ ਖਾ ਖਾ ਕੇ, ਵੈਰੀ ਦੀਆਂ ਛਾਤੀਆਂ ਚੀਰ ਚੀਰ ਕੇ, ਮੈਦਾਨੇ ਜੰਗ ਚ ਪੁਰਜਾ ਪੁਰਜਾ ਕੱਟ ਮਰੇ, ਕਬੂ ਨਾ ਛੱਡੇ ਖੇਤ ਸ਼ਹੀਦੀਆਂ ਪਾ ਰਹੇ ਨੇ। ਵਰੇ ਬਰੰਗਣ ਆਈ, ਉਹਨਾਂ ਨੂੰ ਵਰਨ ਵਾਸਤੇ ਦੇਵ ਲੋਕ ਦੀਆਂ ਦੇਵੀਆਂ ਸਵਰਗ ਦੀਆਂ ਅਪਸ਼ਰਾਂ ਆ ਰਹੀਆਂ ਨੇ। ਲੋਤ ਪੋਥ ਨਾ ਹੋਤ ਜਹਾਂ ਕਹੈ, ਥਾਂ ਥਾਂ ਤੇ ਲਾਸ਼ਾਂ ਦੇ ਢੇਰ ਲੱਗ ਗਏ ਨੇ, ਕੋਈ ਘੋੜਾ ਉੱਤੇ ਡਿੱਗਾ, ਕੋਈ ਜਵਾਨ ਉੱਤੇ ਡਿੱਗਾ, ਕੋਈ ਜਵਾਨ ਦੇ ਉੱਤੇ ਜਵਾਨ, ਏਦਾਂ ਸੂਰਮਿਆਂ ਦੀਆਂ ਲਾਸ਼ਾਂ ਦੇ ਉੱਤੇ ਲਾਸ਼ਾਂ ਡਿੱਗੀਆਂ ਪਈਆਂ ਨੇ, ਕਿਸੇ ਦਾ ਸਿਰ ਉੱਧਰ ਵੱਢਿਆ ਪਿਆ ਹੈ, ਕਿਸੇ ਦੀ ਬਾਂਹ ਇੱਧਰ ਵੱਢੀ ਪਈ ਹੈ, ਕਿਸੇ ਦਾ ਢਿੱਡ ਚੀਰਿਆ ਵਿੱਚੋਂ ਆਂਦਰਾਂ ਨਿਕਲ ਕੇ ਬਾਹਰ ਆ ਗਈਆਂ ਨੇ, ਖੂਨ ਦੇ ਪਰਨਾਲੇ ਵਗ ਰਹੇ ਨੇ, ਸ਼ਾਹੀ ਟਿੱਬੀ ਤੋਂ ਲੈ ਕੇ ਪਰਿਵਾਰ ਵਿਛੋੜੇ ਤੱਕ, ਕੀਰਤਪੁਰ ਸਾਹਿਬ ਤੱਕ ਲਹੂ ਲੁਹਾਣ ਹੋ ਗਈ ਧਰਤੀ ਸਾਰੀ, ਅਟਕ ਪੈਰ ਗਿਰ ਜਾਈ। ਔਰ ਕਹਿੰਦੇ ਜਦੋਂ ਘੋੜੇ ਦੌੜ ਦੌੜ ਕੇ ਆਉਂਦੇ ਨੇ, ਅੱਗੇ ਲਾਸ਼ਾਂ ਦੇ ਨਾਲ ਠੋਕਰ ਖਾ ਕੇ ਘੋੜੇ ਵੀ ਡਿੱਗ ਪੈਂਦੇ ਨੇ, ਤੇ ਪੈਦਲ ਜਵਾਨ ਵੀ ਪੈਰਾਂ ਨਾਲ ਠੁੱਡੇ ਖਾ ਕੇ ਡਿੱਗ ਪੈਂਦੇ ਨੇ। ਜਿਸ ਉੱਪਰ ਤੀਜਾ ਗਿਰ ਪਰ ਹੈ, ਇੱਕ ਡਿੱਗਦਾ ਤੇ ਦੂਜਾ ਡਿੱਗਦਾ ਤੇ ਦੂਜੇ ਤੇ ਤੀਜਾ ਡਿੱਗਦਾ, ਧੜ ਧੜ ਕਰਦੇ ਧੜਮ ਧੜਮ ਕਰਦੇ ਯੋਧੇ ਅਤੇ ਘੋੜੇ ਡਿੱਗ ਵੀ ਰਹੇ ਨੇ। ਦਰੜੇ ਆਪਸ ਮਾਹੀ, ਆਪਸ ਵਿੱਚ ਦਰੜੇ ਜਾ ਰਹੇ ਨੇ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ ਨੇ। ਪਰੇ ਕਰਾ ਹੈ ਉਠੋਂ ਕਾਰਾ, ਆ ਕਹਿੰਦੇ ਹਾਏ ਹਾਏ ਕਰਦੇ ਨੇ, ਪਾਣੀ ਪਾਣੀ ਕਰਦੇ ਨੇ, ਹਾਏ ਹਾਏ ਬਹੁ ਪ੍ਰਾਹੀ, ਹਾਏ ਮਰ ਗਿਆ ਹਾਏ ਮਰ ਗਿਆ ਦੀ ਆਵਾਜ਼ ਸਾਰੇ ਪਾਸਿਓਂ ਸੁਣਾਈ ਦਿੰਦੀ ਹੈ। ਬਿਨ ਮਾਰੇ ਸ਼ਤਰੂਗਨ ਮਰ ਗਏ, ਬਿਨਾ ਮਾਰੇ ਹੀ ਪਹਾੜੀਏ ਤੇ ਤੁਰਕ ਬਹੁਤ ਮਰ ਗਏ, ਕਿਉਂਕਿ ਆਪਸ 'ਚ ਹੀ ਲੜ ਕੇ ਮਰ ਗਏ, ਕਈ ਤਾਂ ਭੁਲੇਖੇ ਵਿੱਚ ਵੀ, ਪਤਾ ਨਹੀਂ ਆਪਣਾ ਕਿਹੜਾ ਤੇ ਬਗਾਨਾ ਕਿਹੜਾ, ਜਿਹੜਾ ਆਇਆ ਉਹਨੂੰ ਮਾਰਤਾ ਬਰਛਾ, ਜਿਹੜਾ ਆਇਆ ਮਾਰਤੀ ਤਲਵਾਰ, ਅੰਨੇ ਵਾਹ ਹੀ ਪਹਾੜੀਏ ਤੇ ਤੁਰਕ ਆਪਸ 'ਚ ਕੱਟ ਕੱਟ ਕੇ ਮਰ ਗਏ ਨੇ। ਗਿਰੇ ਠੋਕਰਾਂ ਖਾ ਗਏ, ਕਈ ਘੋੜਿਆਂ ਤੋਂ ਠੋਕਰਾਂ ਖਾ ਖਾ ਕੇ ਡਿੱਗੇ ਨੇ, ਖੱਡਾਂ 'ਚ ਜਾ ਡਿੱਗੇ ਨੇ, ਆਲੇ ਦੁਆਲੇ ਪਹਾੜੀਆਂ ਦਾ ਇਲਾਕਾ ਹੋਣ ਕਰਕੇ ਪਤਾ ਨਹੀਂ ਲੱਗਦਾ ਵੀ ਅੱਗੇ ਖੱਡ ਹੈ, ਘੋੜਾ ਦੌੜਾ ਦਿੰਦੇ ਨੇ, ਅੱਗੇ ਖੱਡ 'ਚ ਘੋੜਾ ਜਾ ਕੇ ਡਿੱਗ ਪੈਂਦਾ ਹੈ। ਜ਼ੇਰਦਸਤ ਅਰਖਾਨ ਵਜੀਦਾ, ਲਾਹੌਰ ਦਾ ਸੂਬੇਦਾਰ ਜ਼ੇਰਦਸਤ, ਜੱਜ ਦਾ ਨਾਮ ਸੀਗਾ ਜ਼ਬਰਦਸਤ ਖਾਂ, ਪਰ ਖਾਲਸਾ ਉਹਨੂੰ ਜ਼ੇਰਦਸਤ ਹੀ ਕਹਿੰਦਾ, ਜ਼ਬਰ ਦੀ ਥਾਂ 'ਤੇ ਜ਼ੇਰ ਲਾ ਦਿੰਦਾ। ਜ਼ਬਰ ਵੱਡੀ ਮਾਤਰਾ ਹੁੰਦੀ ਹੈ, ਜਿਵੇਂ ਮੰਨ ਲਓ ਲਾਵਾਂ ਜਾਂ ਬਿਹਾਰੀ, ਅਤੇ ਜ਼ੇਰ ਹੁੰਦੀ ਹੈ ਸਿਹਾਰੀ, ਜੇ ਜ਼ੇਰ ਲਾ ਦਈਏ ਤਾਂ ਛੋਟਾ ਹੋ ਜਾਂਦਾ, ਜ਼ਬਰ ਲਾ ਦਈਏ ਵੱਡਾ ਹੋ ਜਾਂਦਾ। ਕਹਿੰਦੇ ਖਾਲਸਾ ਉਹਨੂੰ ਜ਼ੇਰਦਸਤ ਕਹਿੰਦਾ, ਜ਼ੇਰਦਸਤ ਸੂਬਾ ਲਾਹੌਰ ਦਾ ਅਤੇ ਵਜੀਦ ਖਾਨ ਸੂਬਾ ਸਰਹੰਦ ਦਾ। ਬੋਲੇ ਉਚਰੇ ਸਹਿ ਕੇ, ਆਪਣੀਆਂ ਫੌਜਾਂ ਨੂੰ ਮਰਦਿਆਂ ਵੇਖ ਕੇ ਕੂਕ ਕੇ ਉੱਚੀ ਆਵਾਜ਼ ਵਿੱਚ ਗੁੱਸਾ ਖਾ ਕੇ ਬੋਲੇ, ਕਹਾਂ ਭਇਓ ਤੁਮ ਕਿਉਂ ਬਲ ਹਾਰਿਓ। ਆਪਣੇ ਜਰਨੈਲਾਂ ਨੂੰ, ਆਪਣੇ ਜੂਨੀਅਰ ਅਫਸਰਾਂ ਨੂੰ ਸੂਬੇਦਾਰ ਕਹਿੰਦੇ ਨੇ, ਓਏ ਤੁਹਾਨੂੰ ਹੋ ਕੀ ਗਿਆ, ਤੁਹਾਡਾ ਬਲ ਕਿੱਥੇ ਚਲਾ ਗਿਆ, ਤੁਹਾਡੀਆਂ ਬਾਹਾਂ ਦੀ ਤਾਕਤ ਕਿੱਥੇ ਚਲੀ ਗਈ ਹੈ। ਅਲਪ ਸਿੰਘ ਨੇ ਮਾਰੇ, ਆ ਥੋੜੇ ਜਿਹੇ ਮੁੱਠੀ ਭਰ ਸਿੰਘ ਨੇ, ਆਟੇ ਚ ਲੂਣ ਦੇ ਬਰਾਬਰ ਨੇ, ਇਹ ਵੀ ਤੁਹਾਡੇ ਤੋਂ ਮਾਰੇ ਨਹੀਂ ਜਾਂਦੇ। ਗੁਰੂ ਗੁਰ ਕੋ ਨਹਿਤ ਮਾਰਦੇ ਹੋ, ਉਹ ਗੁਰੂ ਗੋਬਿੰਦ ਸਿੰਘ ਵਿੱਚ ਲੜ ਰਿਹਾ ਹੈ, ਘੇਰੇ 'ਚ ਆ ਗਿਆ ਹੈ, ਮਾਰ ਲਓ ਉਸਨੂੰ, ਫੜ ਲਓ, ਜਿਉਂਦਾ ਫੜ ਲਓ।
ਜੇ ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਜਿਉਂਦਾ ਨਹੀਂ ਫੜਿਆ ਜਾਂਦਾ ਤੇ ਮਾਰ ਤਾਂ ਲਓ ਉਸਨੂੰ। ਲੱਖੋ ਤੁੰਬਲ ਹਾਰੇ, ਤੁਸੀਂ ਲੱਖਾਂ ਹੋ, ਉਹ ਥੋੜੇ ਜਿਹੇ ਬੰਦੇ ਹਨ। ਜੇ ਗੁਰੂ ਅੱਜ ਤੁਹਾਡੇ ਚੋਂ ਨਿਕਲ ਗਿਆ ਫਿਰ ਕਦੋਂ ਫੜੋਗੇ? ਹੁਣ ਸਾਹਮਣੇ ਰੜੇ ਮੈਦਾਨ ਦੇ ਵਿੱਚ ਲੜ ਰਿਹਾ, ਤੁਹਾਡੇ ਤੋਂ ਮਾਰਿਆ ਨਹੀਂ ਜਾਂਦਾ। ਜਥੇਦਾਰ ਜੇ ਨਿਕਟ ਖੜੇ ਥੇ, ਜਿਹੜੇ ਜਥੇਦਾਰ ਵਜ਼ੀਰ ਖਾਂ ਦੇ ਕੋਲ ਖੜੇ ਸਨ ਫੌਜ ਦੇ, ਉਹਨਾਂ ਸਾਰੇ ਜਰਨੈਲਾਂ ਨੂੰ ਵਜ਼ੀਰ ਖਾਨ ਤੇ ਜ਼ਬਰਦਸਤ ਖਾਂ ਕਹਿੰਦੇ ਹਨ। ਦੇਕਰ ਗਾਰ ਪਠਾਏ, ਕਹਿੰਦੇ ਗਾਲਾਂ ਕੱਢ ਕੱਢ ਕੇ ਹੁੱਜਾ ਮਾਰ ਮਾਰ ਕੇ ਤੁਸੀਂ ਅੱਗੇ ਜਾਓ, ਤੁਸੀਂ ਕੀ ਕਰਦੇ ਹੋ, ਤੁਸੀਂ ਕੀ ਕਰਦੇ ਹੋ, ਇੱਦਾਂ ਕਹਿ ਕਹਿ ਕੇ ਉਹਨਾਂ ਨੂੰ ਭੇਜਦਾ ਹੈ ਸੂਬਾ। ਜਾਨ ਨ ਪਾਵੇ ਗੁਰੂ ਜੰਗ ਕਰ। ਹਾਂ, ਸੂਬੇਦਾਰ ਵਜ਼ੀਰ ਖਾਂ ਸਭ ਤੋਂ ਕਾਲਾ ਹੈ, ਉਹ ਕਹਿੰਦਾ ਗੁਰੂ ਗੋਬਿੰਦ ਸਿੰਘ ਕਿਤੇ ਜਿਉਂਦਾ ਨਿਕਲ ਨਾ ਜਾਵੇ ਜੰਗ ਕਰਕੇ ਸਾਡੇ ਘੇਰੇ ਵਿੱਚੋਂ। ਬਕਰੋ ਕਹਿ ਕਹਿਤਾਏ, ਫੜ ਲਓ ਕਹਿ ਕੇ ਵੱਡੇ ਵੱਡੇ ਜਰਨੈਲ ਦੌੜੇ ਨੇ। ਹਜ਼ਰਤ ਬਖਸ਼ੈ ਬਹੁ ਬਖਸ਼ੀਸ਼ਾ, ਸੂਬੇਦਾਰ ਕਹਿੰਦੇ ਤੁਹਾਨੂੰ ਬੜਾ ਇਨਾਮ ਦੇਵਾਂਗੇ, ਬਾਦਸ਼ਾਹ ਔਰੰਗਜ਼ੇਬ ਆਪਣੇ ਹੱਥੀ ਤੁਹਾਨੂੰ ਸਰੋਪੇ ਦੇਵੇਗਾ, ਖਿਲਤ ਬਖਸ਼ੇਗਾ, ਨਵਾਬੀਆਂ ਦੇਵਾਂਗੇ, ਤੁਹਾਨੂੰ ਜਗੀਰਾਂ ਲਾ ਦੇਵਾਂਗੇ, ਤੁਹਾਡੀ ਬੜੀ ਇੱਜ਼ਤ ਹੋਵੇਗੀ ਜੇ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲੈ ਚੱਲੋਗੇ। ਜੇ ਗੁਰ ਗਹਿਲੇ ਚਾਲੇ, ਜੇ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਫੜ ਕੇ ਪੇਸ਼ ਕਰ ਦਿਓ ਤੇ ਬਹੁਤ ਇਨਾਮ ਦੇਵਾਂਗੇ। ਕਿਮ ਕਹਿ ਸੁਣ ਕਰ ਧਾਏ ਪਰ ਖਲ। ਇਹਦਾ ਸਾਧ ਸੰਗਤ ਜੀ, ਇਹ ਸਾਰੇ ਤੁਰਕਾਂ ਦੇ ਵੱਡੇ ਵੱਡੇ ਜਰਨੈਲ, ਪਹਾੜੀਆਂ ਦੇ ਬੜੇ ਬੜੇ ਚੰਗੇ ਨਾਮੀ ਯੋਧੇ, ਭਾਈ ਉਦੇ ਸਿੰਘ ਜੀ ਨੂੰ ਫੜਨ ਵਾਸਤੇ ਹੈ, ਤਾਂ ਉਦੇ ਸਿੰਘ ਸੀ ਪਰ ਉਹ ਇਹ ਸਮਝਦੇ ਸੀ ਵੀ ਗੁਰੂ ਗੋਬਿੰਦ ਸਿੰਘ ਹੈ, ਤਾਂ ਉਹ ਉਦੇ ਸਿੰਘ ਨੂੰ ਫੜਨ ਵਾਸਤੇ ਦੌੜੇ ਹਨ। ਅਜੀਤ ਫੰਗਣ ਜਲ, ਕਾੜ ਕਾੜ ਕਰਦੀਆਂ ਗੋਲੀਆਂ ਚਲਾ ਦਿੱਤੀਆਂ ਹਨ। ਸਾਵਲ ਛੰਦ ਹਜ਼ਾਰੋ ਸੰਘਾਰੇ, ਹਜ਼ਾਰਾਂ ਤੁਰਕ ਮਾਰੇ ਗਏ ਨੇ, ਹਜ਼ਾਰਾਂ ਪਹਾੜੀਏ ਮਾਰੇ ਗਏ ਨੇ ਸਿੰਘਾਂ ਦੀਆਂ ਗੋਲੀਆਂ ਨਾਲ। ਖੜੇ ਤੀਰ ਧਾਰੇ, ਬੜੇ ਧੀਰਜ ਨਾਲ ਹੌਸਲੇ ਨਾਲ ਸਿੰਘ ਲੜ ਰਹੇ ਨੇ। ਨਹੀਂ ਸਿੰਘ ਹਾਲੇ, ਪਰ ਸਿੰਘਾਂ ਦੇ ਪੈਰ ਪਿੱਛੇ ਨਹੀਂ ਹਟ ਰਹੇ। ਅੱਜ ਸਿੰਘਾਂ ਨੇ ਮਰਨ ਕਰਿਓ ਸਿੰਘਨ ਪਰਵਾਨੇ, ਨਹਿ ਛੋਡਾ ਦੰਗੇ ਕੀ ਬਾਨੇ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਸਤਿਗੁਰ ਤੇ ਮੰਗਾ। ਕਹਿੰਦੇ ਖਾਲਸਾ ਦਾ ਮੰਗਦਾ ਹੀ ਹੈ, ਜਬ ਆਪ ਕੀ ਔਦ ਨਿਦਾਨ ਬਣੇ, ਅੱਤ ਹੀ ਰਣ ਮੈਂ ਤਬ ਜੂਝ ਮਰੋ। ਜਿਨ੍ਹਾਂ ਨੇ ਜੂਝ ਮਰਨ ਦਾ ਖੰਡੇ ਦਾ ਅੰਮ੍ਰਿਤ ਛਕਿਆ, ਖੰਡੇ ਦਾ ਅੰਮ੍ਰਿਤ ਛਕਣ ਦਾ ਮਤਲਬ ਹੀ ਇਹ ਹੈ ਵੀ ਖੰਡੇ ਦੀ ਪਹੁਲ ਦੇ ਨਾਲ ਉਹ ਵੀਰ ਰਸ ਆਉਂਦਾ ਕਿ ਜਦੋਂ ਸਮਾਂ ਬਣੇ ਉਦੋਂ ਜਾਣ 'ਤੇ ਖੇਡ ਜਾਵੇ ਸਿੰਘ। ਸੱਚੇ ਪਾਤਸ਼ਾਹ ਦੇ ਲੜਾਕੇ ਸੂਰਮੇ ਜੋਧੇ ਪੈਰ ਪਿੱਛੇ ਨਹੀਂ ਕਰਦੇ। ਵੱਡੇ ਹੇਲ ਕਾਲੇ, ਬੜੇ ਬੜੇ ਭਾਰੀ ਹੱਲੇ ਪਹਾੜੀਆਂ ਦੇ ਤੁਰਕਾਂ ਨੇ ਕੀਤੇ ਨੇ। ਲੱਗੇ ਆਨ ਗੋਰੀ, ਆ ਆ ਕੇ ਸਿੰਘਾਂ ਦੀਆਂ ਛਾਤੀਆਂ ਵਿੱਚ, ਸਿੰਘਾਂ ਦੀਆਂ ਬਾਹਾਂ ਵਿੱਚ, ਮੋਢਿਆਂ ਵਿੱਚ, ਪੱਟਾਂ ਵਿੱਚ, ਲੱਤਾਂ ਵਿੱਚ ਗੋਲੀਆਂ ਵੱਜ ਰਹੀਆਂ ਨੇ। ਤਨ ਦੇ ਤੇ ਫੋਰੀ, ਸਿੰਘਾਂ ਦੇ ਸਰੀਰ ਗੋਲੀਆਂ ਨਾਲ ਛਾਨਣੀ ਹੁੰਦੇ ਜਾ ਰਹੇ ਨੇ। ਇੱਕ ਇੱਕ ਸਿੰਘ ਨੂੰ ਦਸ ਦਸ ਪੰਦਰਾਂ ਪੰਦਰਾਂ ਵੀਹ ਵੀਹ ਗੋਲੀਆਂ ਲੱਗਦੀਆਂ ਨੇ। ਮਿਲੇ ਹੱਥ ਵੱਥ, ਫਿਰ ਵੀ ਸਿੰਘ ਡਿੱਗਦੇ ਨਹੀਂ ਛੇਤੀ ਕੀਤਿਆਂ। ਕਹਿੰਦੇ ਜਿੰਨਾ ਚਿਰ ਸਵਾਸ ਨੇ ਧਰਤੀ 'ਤੇ ਨਹੀਂ ਡਿੱਗਣਾ, ਬੈਰੀ ਨੂੰ ਮਾਰ ਕੇ ਮਰਨਾ ਹੈ। ਹੱਥੋਂ ਹੱਥੀ ਲੜਾਈ ਸ਼ੁਰੂ ਕਰ ਦਿੱਤੀ, ਤੇਗਾਂ ਜੋ ਮਿਆਨਾਂ ਜੋ ਧੂ ਲਈਆਂ ਨੇ। ਮਹਾ ਓਜ ਸੱਥੈ, ਬੜੇ ਬਲ ਦੇ ਨਾਲ, ਬੜੇ ਓਜ ਦੇ ਨਾਲ ਸਿੰਘ ਲੜ ਰਹੇ ਨੇ। ਤੁਫੰਗਾ ਨਡਾਰੀ, ਕਹਿੰਦੇ ਹੁਣ ਸਿੰਘਾਂ ਨੇ ਵੇਖਿਆ ਵੀ ਪਹਾੜੀਏ ਬਿਲਕੁਲ ਨੇੜੇ ਆ ਗਏ ਨੇ, ਤੁਰਕਾਂ ਦੀ ਫੌਜ ਸਾਡੇ ਸਿਰ 'ਤੇ ਚੜ੍ਹ ਆਈ ਹੈ,
ਹੁਣ ਬੰਦੂਕਾਂ ਚੱਲਣੀਆਂ ਨਹੀਂ, ਫਿਰ ਬੰਦੂਕਾਂ ਸੁੱਟ ਦਿੱਤੀਆਂ, ਕਿਰਪਾਨੇ ਨਿਕਾਰੀ ਤੇ ਮਿਆਨ ਚੋਂ ਤਲਵਾਰਾਂ ਧੂ ਲਈਆਂ, ਫੁਲਾਦੀ ਖੰਡੇ ਧੂ ਲਏ, ਜੁੱਡੇ ਸਿੰਘ ਸੂਰੇ ਸੂਰਮੇ ਵੈਰੀ ਦੇ ਨਾਲ ਜੁੱਟ ਪਏ ਹਨ, ਵੱਡੇ ਕ੍ਰੋਧ ਪੂਰੇ ਬੜੇ ਵੀਰ ਰਸ ਦੇ ਨਾਲ, ਬੜੇ ਕ੍ਰੋਧ ਦੇ ਨਾਲ ਦੰਦ ਕਚੀਚ ਕੇ ਸਿੰਘ ਲੜ ਰਹੇ ਨੇ, ਦਗਾ ਦੁਸ਼ਟ ਕੀਨੇ, ਕਿਉਂਕਿ ਤੁਰਕਾਂ ਨੇ ਇਹਨਾਂ ਦੁਸ਼ਟਾਂ ਨੇ ਖਾਲਸੇ ਨਾਲ ਦਗਾ ਕੀਤਾ ਹੈ। ਸਾਡੇ ਨਾਲ ਵਾਅਦਾ ਕੀਤਾ ਸੀ ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡੋਗੇ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਪਰ ਉਹ ਸਾਰੀਆਂ ਕਸਮਾਂ, ਕੁਰਾਨ ਦੀਆਂ ਕਸਮਾਂ, ਗਊ ਦੀਆਂ ਕਸਮਾਂ, ਗੀਤਾ ਦੀਆਂ ਕਸਮਾਂ, ਠਾਕਰ ਦੀਆਂ ਕਸਮਾਂ ਭੁਲਾ ਕੇ, ਮੁਹੰਮਦ ਦੀਆਂ ਕਸਮਾਂ ਭੁਲਾ ਕੇ ਅਤੇ ਆਹ ਸਾਡੇ ਨਾਲ ਇਹ ਦਗਾ ਕਰ ਰਹੇ ਨੇ, ਅਤੇ ਜਿਹੜੇ ਦਗਾ ਕਰਨ ਵਾਲੇ ਹੋਣ ਉਹਨਾਂ ਨੂੰ ਮਾਰ ਦੇਣਾ ਕੋਈ ਪਾਪ ਨਹੀਂ ਹੁੰਦਾ, ਇਹਨਾਂ ਨੂੰ ਝਟਕ ਦਈਏ, ਵੱਢ ਦਈਏ, ਟੋਟੇ ਕਰ ਦਈਏ, ਸਿੰਘਾਂ 'ਚ ਇੰਨਾ ਜੋਸ਼ ਹੈ ਅਤੇ ਇੱਕ ਇੱਕ ਸਿੰਘ ਦਸਾਂ ਦਸਾਂ ਨੂੰ, ਵੀਹਾਂ ਵੀਹਾਂ ਨੂੰ, ਪੰਜਾਹ ਪੰਜਾਹ ਨੂੰ ਮਾਰ ਕੇ ਸ਼ਹੀਦ ਹੋਇਆ ਹੈ। ਅਧਰਮੀ ਸੋਚੀਨੇ, ਅਧਰਮੀ ਹਨ, ਦਗੇਬਾਜ਼ ਹਨ, ਪਾਪੀ ਹਨ, ਜਿਨ੍ਹਾਂ ਨੇ ਆਪਣਾ ਧਰਮ ਛੱਡ ਦਿੱਤਾ ਹੈ, ਲੜੇ ਮਾਰ ਕੀਤੇ। ਸੋ ਸਾਧ ਸੰਗਤ ਜੀ, ਸਿੰਘਾਂ ਨੇ ਇਹਨਾਂ ਨੂੰ ਮਾਰ ਮਾਰ ਕੇ ਸ਼ਹੀਦੀਆਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਨੇ। ਗੇਰੇ ਸਿੰਘ ਖੇਤੇ, ਮੈਦਾਨੇ ਜੰਗ ਵਿੱਚ ਬੜਾ ਭਾਰੀ ਘਮਸਾਨ ਦਾ ਯੁੱਧ ਹੋ ਰਿਹਾ ਤੇ ਸਿੰਘ ਡਿੱਗ ਰਹੇ ਨੇ ਧਰਤੀ ਤੇ, ਸ਼ਹੀਦੀਆਂ ਪਾ ਰਹੇ ਨੇ। ਸਾਧ ਸੰਗਤ ਜੀ, ਜਦੋਂ ਅਨੰਦਪੁਰ ਸਾਹਿਬ ਜਾਓ, ਰੋਪੜ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਦੀ ਧਰਤੀ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਇੱਕ ਇੱਕ ਚੱਪਾ ਚੱਪਾ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਗਿਆ ਹੈ, ਖਾਸ ਕਰਕੇ ਸ਼ਾਹੀ ਟਿੱਬੀ ਕੀਰਤਪੁਰ ਸਾਹਿਬ ਪਰਿਵਾਰ ਵਿਛੋੜਾ, ਉੱਥੋਂ ਦੀ ਮਿੱਟੀ 'ਚੋਂ ਅੱਜ ਵੀ ਸ਼ਹੀਦਾਂ ਦੀ ਖੁਸ਼ਬੂ ਆਉਂਦੀ ਹੈ। ਉੱਥੇ ਸ਼ਹੀਦਾਂ ਸਿੰਘਾਂ ਦਾ ਕਿੰਨਾ ਕੁ ਖੂਨ ਡੁੱਲਿਆ ਹੈ, ਉਹ ਸਿੰਘ ਜਿਹੜੇ ਗੁਰੂ ਨਾਲ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ, ਗੁਰੂ ਦੇ ਭਾਣੇ ਵਿੱਚ ਰਹਿਣ ਵਾਲੇ ਸਨ, ਮਹਾਬਲੀ ਯੋਧੇ ਸਨ, ਇਕੱਲੇ ਇਕੱਲੇ ਸਵਾ ਸਵਾ ਲੱਖ ਨਾਲ ਲੜਨ ਵਾਲੇ ਸਨ, ਭਾਈ ਉਦੇ ਸਿੰਘ ਦੇ ਸਾਥੀ ਵਾਰੀ ਵਾਰੀ ਸ਼ਹੀਦੀਆਂ ਪਾ ਰਹੇ ਨੇ, ਰਹੇ ਫਿਰ ਥੋੜੇ, ਹੁਣ ਥੋੜੇ ਜਿਹੇ ਰਹਿ ਗਏ ਨੇ, 50 ਸਿੰਘ ਗਏ ਸੀਗੇ ਉਹਨਾਂ ਵਿੱਚੋਂ ਥੋੜੇ ਜਿਹੇ ਰਹਿ ਗਏ ਨੇ, ਵਾਰੀ ਵਾਰੀ ਸਭ ਸ਼ਹੀਦ ਹੋ ਗਏ ਨੇ। ਭਰਿਓ ਖੇਤ ਘੋੜੇ, ਬੜਾ ਭਿਆਨਕ ਖੇਤ ਹੋ ਗਿਆ, ਮੈਦਾਨੇ ਜੰਗ ਵਿੱਚ ਲਾਸ਼ਾਂ ਦੇ, ਯੋਧਿਆਂ ਦੀਆਂ ਲਾਸ਼ਾਂ, ਪਹਾੜੀਆਂ ਦੀਆਂ, ਮੁਗਲਾਂ ਦੀਆਂ, ਪਠਾਣਾਂ ਦੀਆਂ ਅਤੇ ਸਾਧ ਸੰਗਤ ਜੀ ਸਿੰਘਾਂ ਦੀਆਂ ਲਾਸ਼ਾਂ, ਘੋੜਿਆਂ ਦੀਆਂ ਲਾਸ਼ਾਂ ਅਤੇ ਊਠਾਂ ਦੀਆਂ ਲਾਸ਼ਾਂ ਪਈਆਂ ਨੇ। ਉਦੇ ਸਿੰਘ ਕ੍ਰੋਧਾ, ਭਾਈ ਉਦੇ ਸਿੰਘ ਕ੍ਰੋਧ ਵਿੱਚ ਆ ਕੇ, ਵੀਰ ਰਸ ਵਿੱਚ ਆ ਕੇ ਲੜ ਰਿਹਾ ਹੈ, ਰੁਪਿਓ ਪੈਰ ਜੋਧਾ, ਪੈਰ ਅੜਾ ਕੇ ਮਹਾਬਲੀ ਜੋਧਾ ਉਦੇ ਸਿੰਘ ਲੜ ਰਿਹਾ ਹੈ, ਘਟਿਓ ਨਾਹੀਂ ਪਾਛੇ, ਇੱਕ ਕਦਮ ਵੀ, ਇੱਕ ਇੰਚ ਵੀ ਪਿੱਛੇ ਨਹੀਂ ਹਟਦਾ, ਅੱਗੇ ਹੀ ਵੱਧਦਾ ਹੈ ਦੁਸ਼ਮਣ ਦੇ ਸਾਹਮਣੇ, ਜੈਬਾਨ ਆਛੇ, ਕੰਨਾਂ ਦੀ ਖਿੱਚ ਖਿੱਚ ਕੇ ਖੱਪਰੇ ਤੀਰ ਮਾਰਦਾ ਹੈ, ਜਿਹਨੂੰ ਉਦੇ ਸਿੰਘ ਦਾ ਤੀਰ ਲੱਗਦਾ ਉਹ ਪਾਣੀ ਨਹੀਂ ਮੰਗਦਾ। ਫਿਰ ਮਿਲੇ ਸੱਤਰ ਆਈ, ਕਹਿੰਦੇ ਬੜੇ ਬੜੇ ਬਲੀ ਯੋਧੇ ਸ਼ਤਰੂ ਭਾਈ ਉਦੇ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਮਝ ਕੇ ਮਾਰਨ ਵਾਸਤੇ ਆ ਗਏ ਨੇ, ਜਹੂੰ ਓਰ ਧਾਈ, ਚਾਰੇ ਪਾਸਿਓਂ ਉਹ ਘੋੜੇ ਦੜਾ ਦੜਾ ਕੇ ਆਉਂਦੇ ਨੇ, ਪਰ ਪੇਸ਼ ਨਹੀਂ ਜਾਂਦੀ, ਉਦੇ ਸਿੰਘ ਦੂਰੋਂ ਹੀ ਤੀਰ ਨਾਲ ਫੁੰਡ ਦਿੰਦਾ ਹੈ, ਘਿਰਿਓ ਬੀਚ ਘੇਰੇ। ਸਾਧ ਸੰਗਤ ਜੀ, ਭਾਈ ਉਦੇ ਸਿੰਘ ਸ਼ਾਹੀ ਟਿੱਬੀ ਦੇ ਲਾਗੇ ਦੁਸ਼ਮਣਾਂ ਦੇ ਘੇਰੇ 'ਚ ਘਿਰ ਗਿਆ ਹੈ, ਲੋਕੇ ਚੁਫੇਰੇ, ਆਲੇ ਦੁਆਲੇ ਚੁਫੇਰੇ ਹੀ ਦੁਸ਼ਮਣ, ਦੁਸ਼ਮਣ, ਦੁਸ਼ਮਣ ਹੀ ਦੁਸ਼ਮਣ, ਪਹਾੜੀਏ ਕੀ ਤੇ ਮੁਗਲ ਪਠਾਨ ਕੀ, ਸਭ ਉਹਦੇ ਸਿੰਘ ਨੂੰ ਮਾਰਨ ਲਈ ਆ ਗਏ ਨੇ, ਤੋ ਤੀਰ ਧਾਰੇ, ਫਿਰ ਵੀ ਹੌਸਲਾ ਉਹਦਾ ਉਸੇ ਤਰ੍ਹਾਂ ਬੁਲੰਦ ਹੈ ਜਿਹਨੇ ਮੌਤ ਨੂੰ ਪ੍ਰਵਾਨ ਕਰ ਲਿਆ ਹੋਵੇ, ਜਿਹਨੇ ਸ਼ਹੀਦੀ ਪਾਣੀ ਪ੍ਰਵਾਨ ਕਰ ਲਈ ਹੋਵੇ, ਉਹਦਾ ਹੌਸਲਾ ਕੋਈ ਢਾ ਨਹੀਂ ਸਕਦਾ,
ਸੋ ਸਿੰਘ ਭਾਈ ਉਹਦੇ ਸਿੰਘ ਜੀ ਬੜੇ ਹੌਸਲੇ ਨਾਲ ਲੜ ਰਿਹਾ, ਭਾਵੇਂ ਆਲੇ ਦੁਆਲੇ ਲੱਖਾਂ ਦੁਸ਼ਮਣ ਆ ਗਏ ਨੇ। ਤਜੈ ਤੀਰ ਸਾਰੇ, ਉਹ ਸਾਰੇ ਤੀਰ ਉਹਦੇ ਪੱਥੇ ਦੇ ਚੱਲ ਗਏ ਨੇ। ਭਇਓ ਛੂਚ ਪਾਥਾ, ਪੱਥਾ ਖਾਲੀ ਹੋ ਗਿਆ ਹੈ ਤੀਰਾਂ ਦਾ। ਤਜਿਓ ਜਮ ਹਾਥਾ, ਕਮਾਨ ਹੱਥ ਵਿੱਚੋਂ ਸੱਟ ਦਿੱਤੀ ਹੈ। ਕਰੋ ਚਾਲ ਕਾਢੇ, ਉਸ ਵੇਲੇ ਚਾਰ ਉਂਗਲ ਚੌੜਾ ਤੇਗਾ ਮਿਆਨ ਚੋਂ ਕੱਢਿਆ ਹੈ। ਕਿਤੇ ਦੁਸ਼ਟ ਬਾਢੇ, ਉਸ ਤੇਗੇ ਨਾਲ ਹੀ ਵੈਰੀਆਂ ਦੇ ਆਹੂ ਲਾਣੇ ਸ਼ੁਰੂ ਕਰ ਦਿੱਤੇ ਨੇ। ਜਿੱਤੇ ਸਿੰਘ ਸੰਗੀ, ਜਿੰਨੇ ਨਾਲ ਦੇ ਸਾਥੀ ਸਨ, ਸਿੰਘ ਸਨ, ਗੁਰੂ ਕਲਗੀਧਰ ਜੀ ਤੋਂ ਮਹਾਰਾਜ ਤੋਂ ਆਗਿਆ ਲੈ ਕੇ ਆਏ ਸਨ। ਕਿਰਪਾ ਨੈ ਸੁਨੰਗੀ, ਉਹਨਾਂ ਨੇ ਵੀ ਮਿਆਨ ਚੋਂ ਤੇਗਾਂ ਨੰਗੀਆਂ ਖਿੱਚ ਲਈਆਂ ਨੇ। ਲੈ ਘੇਰ ਸਾਰੇ, ਔਰ ਵੈਰੀਆਂ ਨੇ ਉਹਨਾਂ ਨੂੰ ਘੇਰੇ ਚ ਲੈ ਲਿਆ ਹੈ। 50 ਸਿੰਘਾਂ ਵਿੱਚੋਂ ਬਹੁਤੇ ਸ਼ਹੀਦ ਹੋ ਗਏ ਨੇ, ਜਿਹੜੇ ਬਚੇ ਖੁਚੇ ਸਿੰਘ ਨੇ ਉਹ ਵੀ ਘੇਰੇ ਚ ਆ ਗਏ ਨੇ। ਜਥਾ ਖੇਤ ਬਾਰੇ, ਜਿਵੇਂ ਆਲੇ ਦੁਆਲੇ ਖੇਤ ਦੇ ਵਾੜ ਹੁੰਦੀ ਹੈ, ਐਵੇਂ ਤੁਰਕਾਂ ਦੀ ਵਾੜ ਖਾਲਸੇ ਦੇ ਖੇਤ ਨੂੰ ਖਤਮ ਕਰਨ ਲਈ ਆ ਗਈ ਹੈ। ਮਨੋ ਚੰਦ ਭਾਨਾ, ਮਾਨੋ ਚੰਦਰਮਾ ਦੇ ਆਲੇ ਦੁਆਲੇ ਤਾਰਿਆਂ ਨੇ ਘੇਰਾ ਪਾ ਲਿਆ ਹੈ। ਪਰਵਾਰੇ ਮਹਾਨਾ, ਕਹਿੰਦੇ ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਘੇਰ ਲੈਂਦੇ ਨੇ, ਐਵੇਂ ਉਹਦੇ ਸਿੰਘ ਨੂੰ ਤੁਰਕਾਂ ਨੇ ਘੇਰ ਲਿਆ ਹੈ। ਚਲੇ ਬਾਨ ਗੋਰੀ, ਤੀਰ ਤੇ ਗੋਲੀਆਂ ਦਾ ਮੀਂਹ ਵਸਾਉਣ ਲੱਗੇ ਨੇ ਤੁਰਕ ਸਿੰਘਾਂ ਉੱਤੇ। ਦੇਈ ਦੇਹ ਫੋਰੀ, ਭਾਈ ਸਾਹਿਬ ਉਹਦੇ ਸਿੰਘ ਦਾ ਸਰੀਰ ਗੋਲੀਆਂ ਨਾਲ ਛਾਨਣੀ ਛਾਨਣੀ ਹੋ ਗਿਆ ਹੈ। ਵੱਡੇ ਖੱਗ ਬਾਹੇ, ਫੇਰ ਵੀ ਭਾਈ ਉਹਦੇ ਸਿੰਘ ਆਪਣਾ ਖੰਡਾ ਆਪਣੀ ਤੇਗ ਵਾਹੀ ਜਾਂਦਾ ਹੈ। ਮਹਾ ਛੱਤਰ ਗਾਹੇ, ਉਹ ਜਿੱਧਰ ਜਾਂਦਾ ਹੈ ਵੈਰੀ ਦੇ ਆਹੂ ਲਾ ਦਿੰਦਾ, ਜੇ ਘੋੜੇ ਨੂੰ ਤਲਵਾਰ ਮਾਰਦਾ ਤੇ ਘੋੜੇ ਦਾ ਚੀਰ ਕੇ ਰੱਖ ਦਿੰਦਾ, ਜੇ ਬੰਦੇ ਨੂੰ ਤਲਵਾਰ ਮਾਰਦਾ ਤੇ ਬੰਦੇ ਦੇ ਦੋ ਟੋਟੇ ਕਰ ਦਿੰਦਾ। ਗਿਰੇ ਸਿੰਘ ਮਾਰੇ, ਸਾਰੇ ਸਿੰਘ ਉਹਦੇ ਸਾਥੀ ਲੜ ਕੇ ਸ਼ਹੀਦੀਆਂ ਪਾ ਗਏ ਨੇ। ਸੋ ਸੁਰਗੰ ਸਿਧਾਰੇ, ਸਿੱਧੇ ਗੁਰੂ ਨਾਨਕ ਦੇਵ ਸਾਹਿਬ ਕਲਗੀਧਰ ਪਾਤਸ਼ਾਹ ਦੇ ਚਰਨਾਂ ਸੱਚ ਖੰਡ ਜਾ ਬੈਠੇ ਨੇ। ਉਹਦੇ ਸਿੰਘ ਇੱਕੂ, ਭਾਈ ਉਹਦੇ ਸਿੰਘ ਇਕੱਲਾ ਹੀ ਰਹਿ ਗਿਆ ਹੈ। ਪ੍ਰਹਾਰੈ ਅਨੇਕੂ, ਫਿਰ ਵੀ ਅਨੇਕਾਂ ਨੂੰ ਛਾਲਾ ਮਾਰ ਮਾਰ ਕੇ ਟੁੱਕ ਵੱਢੀ ਜਾਂਦਾ ਹੈ। ਜਿੱਦੈ ਕੁੱਦ ਜਾਵੈ, ਜਿੱਧਰ ਕੁੱਦ ਕੇ ਸ਼ੇਰ ਤਰ੍ਹਾਂ ਛਾਲ ਮਾਰ ਕੇ ਜਾਂਦਾ ਹੈ। ਜਿੱਦੈ ਮਾਰ ਘਾਵੈ, ਉਧਰ ਹੀ ਵੈਰੀ ਦੇ ਆਹੂ ਲਾ ਦਿੰਦਾ, ਮਾਰ ਕੇ ਸੁੱਟ ਦਿੰਦਾ। ਨਹੀਂ ਨੇੜ ਢੁੱਕੇ, ਕੋਈ ਨੇੜੇ ਲੱਗਣ ਨਹੀਂ ਦਿੱਤਾ ਪਹਾੜੀਆ ਤੇ ਤੁਰਕ। ਥੱਤੋ ਭਾਖ ਕੂਕੇ, ਉੱਚੇ ਉੱਚੇ ਜਰਨੈਲ ਕਹਿੰਦੇ ਨੇ ਫੜ ਲਓ, ਮਾਰ ਲਓ, ਫੜ ਲਓ, ਇਹ ਗੁਰੂ ਗੋਬਿੰਦ ਸਿੰਘ ਹੈ। ਉਹਨਾਂ ਨੂੰ ਇਹ ਨਹੀਂ ਪਤਾ ਵੀ ਗੁਰੂ ਗੋਬਿੰਦ ਸਿੰਘ ਤਾਂ ਸਰਸਾ ਨਦੀ ਵੀ ਪਾਰ ਕਰ ਗਿਆ, ਇਹ ਤਾਂ ਉਹਦਾ ਇੱਕ ਜਰਨੈਲ ਹੈ। ਜੇ ਉਹਦਾ ਜਰਨੈਲ ਇੰਨਾ ਖਤਰਨਾਕ ਹੈ ਤੇ ਉਹ ਕਿੰਨਾ ਮਹਾਬਲੀ ਯੋਧਾ ਹੋਵੇਗਾ। ਉਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਿੰਘਾਂ ਦੀ ਖੇਡ ਹੈ ਸਾਧ ਸੰਗਤ, ਆਪਣੇ ਵਰਗੇ ਹੀ ਬਲੀ ਪੈਦਾ ਕਰ ਦਿੱਤੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ। ਇਹੋ ਜਿਹਾ ਉਹਦੇ ਸਿੰਘ ਜਰਨੈਲ ਹੈ ਕਿ ਪਹਾੜੀਆਂ ਨੂੰ ਤੇ ਤੁਰਕਾਂ ਨੂੰ ਭੁਲੇਖਾ ਪੈ ਰਿਹਾ ਕਿ ਖੁਦ ਗੁਰੂ ਗੋਬਿੰਦ ਸਿੰਘ ਲੜ ਰਿਹਾ, ਇਹਨੂੰ ਫੜ ਲਓ ਜਾਂ ਮਾਰ ਲਓ। ਨਹੀਂ ਨੇਰ ਹੋਵੇ, ਪਰ ਡਰਦੇ ਮਾਰੇ ਨੇੜੇ ਨਹੀਂ ਜਾਂਦੇ। ਬੱਬਰ ਸ਼ੇਰ ਦਸ਼ਮੇਸ਼ ਦਾ ਖੌਫ ਮਾਰੇ ਰੁਪਿਓ ਸਿੰਘ ਜੋਵੈ, ਕਹਿੰਦੇ ਭਾਈ ਉਹਦੇ ਸਿੰਘ ਦੇ ਵੀਰ ਰਸ ਦੇ ਸਾਹਮਣੇ ਇਹਨਾਂ ਦੇ ਹੌਸਲੇ ਪਸਤ ਹੋਈ ਜਾਂਦੇ ਨੇ। ਨੇੜੇ ਜਾਣ ਦੀ ਜ਼ਰੂਰਤ ਨਹੀਂ ਪੈਂਦੀ, ਵੀ ਜਿਹੜਾ ਨੇੜੇ ਜਾਂਦਾ ਉਹਨੂੰ ਤਾਂ ਝਟਕਾ ਕੇ ਸੁੱਟ ਦਿੰਦਾ ਉਹ। ਹਾਂਜੀ, ਦੋਹਰਾ ਤੁਰਕ ਪਹਾੜੀ ਬਹੁਤੇ, ਬਹੁਤ ਸਾਰੇ ਤੁਰਕ ਤੇ ਪਹਾੜੀਏ ਭਾਈ ਉਹਦੇ ਸਿੰਘ ਨੇ ਆਪਣੀ ਤਲਵਾਰ ਨਾਲ ਹੀ ਝਟਕ ਛੁੱਟੇ ਹਨ। ਖੇਤ ਭਰਿਓ ਸਮਦਾਏ, ਤੇ ਲਾਸ਼ਾਂ ਦੇ ਲਾਸ਼ਾਂ, ਲਾਸ਼ਾਂ ਤੇ ਲਾਸ਼ਾਂ, ਇਉਂ ਲੱਗਦਾ ਜਿਵੇਂ ਸਵਰਗ ਦੀਆਂ ਪੌੜੀਆਂ ਬਣ ਗਈਆਂ ਨੇ। ਲਾਸ਼ਾਂ ਇੱਦਾਂ ਲੱਗ ਗਈਆਂ ਨੇ ਜਿਵੇਂ ਪੌੜ ਸਾਲ ਹੁੰਦੀ ਹੈ, ਜਿਵੇਂ ਸਵਰਗ ਨੂੰ ਪੌੜੀਆਂ ਜਾ ਰਹੀਆਂ ਨੇ, ਇੱਦਾਂ ਬਣ ਗਈਆਂ ਨੇ ਲਾਸ਼ਾਂ। ਹਾਂਜੀ, ਗੁਰ ਪ੍ਰਤਾਪ ਤੇ ਏਕ ਹੀ, ਗੁਰੂ ਕਲਗੀਧਰ ਦੇ ਪ੍ਰਤਾਪ ਨਾਲ ਇਕੱਲਾ ਸਿੰਘ ਲੜਤ ਲੱਖ ਰਿਪ ਆਏ, ਲੱਖਾਂ ਵੈਰੀਆਂ ਨਾਲ ਲੜ ਰਿਹਾ ਹੈ। ਚੌਪਈ ਬਹੁ ਜਵਾਲਾ ਬਵਣੀ ਤਬ ਤਿਆਗੀ, ਜਦੋਂ ਪਹਾੜੀਆਂ ਨੇ ਵੇਖਿਆ ਵੀ ਨੇੜੇ ਜਾਇਆ ਤੇ ਮਰਦਾ ਨੀ ਸਾਡੇ ਤੋਂ,
ਇਹਨੂੰ ਅਸੀਂ ਫੜ ਤਾਂ ਸਕਦੇ ਨਹੀਂ, ਇਹਨੂੰ ਗੋਲੀਆਂ ਨਾਲ ਮਾਰ ਦਿਓ। ਦੂਰੋਂ ਹੀ ਬਹੁਤ ਸਾਰੀਆਂ ਗੋਲੀਆਂ ਚਲਾ ਦਿੱਤੀਆਂ ਉਦੇ ਸਿੰਘ ਕੇ ਕੇਤਕ ਲੱਗੀ, ਉਹਨਾਂ ਗੋਲੀਆਂ ਚੋਂ ਬਹੁਤ ਸਾਰੀਆਂ ਗੋਲੀਆਂ ਭਾਈ ਉਦੇ ਸਿੰਘ ਨੂੰ ਵੀ ਲੱਗੀਆਂ। ਘਾਇਲ ਭਇਓ ਸ਼ਰੋਣੀ ਚੜੰਤਾ, ਸਾਰਾ ਸਰੀਰ ਛਾਨਣੀ ਹੋ ਗਿਆ ਗੋਲੀਆਂ ਦੇ ਨਾਲ, ਤੇ ਖੂਨ ਨੁੱਚੜ ਗਿਆ ਸਰੀਰ ਦਾ ਸਾਰਾ। ਭਿੱਗੇ ਸਰਬ ਚੀਰ ਦੇ ਖੜੰਤਾ, ਸਾਰੇ ਸਰੀਰ ਦੇ ਕੱਪੜੇ ਲਹੂ ਲੁਹਾਣ ਹੋ ਗਏ, ਜਿਵੇਂ ਚੰਡੀ ਦੀ ਵਾਰ ਚ ਆਉਂਦਾ ਨਾ ਫੁੱਲ ਖਿੜੇ ਜਾਣ ਬਾਗੀ ਬਾਣੇ ਜੋਧਿਆਂ, ਏਦਾਂ ਦਾ ਬਾਣਾ ਹੋ ਗਿਆ ਜਿਵੇਂ ਬਾਗ ਚ ਫੁੱਲ ਖਿੜੇ ਹੁੰਦੇ ਨੇ। ਹਾਂਜੀ, ਨਹੀਂ ਮੂਰਛਾ ਪਾਏ ਸੋ ਤਾਂ ਹੇ, ਫਿਰ ਵੀ ਮੂਰਛਿਤ ਨਹੀਂ ਹੋਇਆ, ਬੇਹੋਸ਼ ਨਹੀਂ ਹੋਇਆ। ਹਾਂਜੀ, ਬਹਰੋ ਖੜਗ ਹਨੈਰਨ ਮਾਹੇ, ਭਾਵੇਂ ਗੋਲੀਆਂ ਕਿੰਨੀਆਂ ਲੱਗੀਆਂ ਨੇ ਮੋਢੇ ਚ ਪੱਟਾਂ ਚ ਛਾਤੀ ਚ, ਫਿਰ ਵੀ ਖੜਾ ਹੀ ਰਿਹਾ ਤੇ ਤਲਵਾਰ ਦੇ ਨਾਲ ਜਿੰਨੇ ਕੁ ਨੇੜੇ ਆਈ ਕੇ ਝਟਕੀ ਗਿਆ। ਹਾਂਜੀ, ਸ੍ਰੀ ਗੁਰੂ ਇਹੀ ਜਾਨ ਰਿਪ ਅਰੇ, ਦੁਸ਼ਮਣ ਵੀ ਇਹੀ ਇਰਾਦਾ ਕਰਕੇ ਆਇਆ ਵੀ ਇਹ ਗੁਰੂ ਗੋਬਿੰਦ ਸਿੰਘ ਹੈ, ਤੇ ਗੁਰੂ ਗੋਬਿੰਦ ਸਿੰਘ ਕਿਤੇ ਨਿਕਲ ਨਾ ਜਾਵੇ, ਮਾਰ ਲਓ ਬਸ ਕੰਮ ਫਤਿਹ ਹੈ, ਇਹਨੂੰ ਮਾਰ ਲਿਆ ਤੇ ਲੜਾਈ ਮੁੱਕ ਜਾਏਗੀ। ਹਾਂਜੀ, ਹੋਇਆ ਕਰਕ ਹੱਥ ਘਾਇਲ ਕੋ ਮਰੇ, ਬਹੁਤ ਸਾਰਿਆਂ ਨੂੰ ਮਾਰ ਕੇ ਮਰ ਜਾਏਗਾ ਸਾਡੇ ਹੱਥੋਂ ਇਹ। ਕਰ 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 ਹੇਲਾ ਧਾਏ ਟਿਕ ਢੁਕੇ, ਇਸ ਆਸ ਨਾਲ ਕਿ ਲੜਾਈ ਦਾ ਅੰਤ ਹੋ ਗਿਆ, ਗੁਰੂ ਗੋਬਿੰਦ ਸਿੰਘ ਸਾਡੇ ਸਾਹਮਣੇ ਆ ਗਿਆ, ਗੁਰੂ ਗੋਬਿੰਦ ਸਿੰਘ ਦਾ ਅੰਤ ਸਮਾਂ ਆ ਗਿਆ, ਇਹ ਜਾਣ ਕੇ ਪਹਾੜੀਏ ਪੂਰਾ ਜ਼ੋਰ ਲਾ ਰਹੇ ਨੇ। ਮਾਰ ਮਾਰ ਕਰ ਕੈ ਮੁਖ ਕੂਕੇ, ਮਾਰ ਲਓ ਮਾਰ ਲਓ ਫੜ ਲਓ, ਗੁਰੂ ਗੋਬਿੰਦ ਸਿੰਘ ਹੈ, ਇਹਨੂੰ ਜਿੰਦਾ ਨਾ ਜਾਵੇ, ਗੁਰੂ ਗੋਬਿੰਦ ਸਿੰਘ ਹੈ, ਏਦਾਂ ਕਹਿੰਦੇ ਨੇ ਵੱਡੇ ਵੱਡੇ ਜਰਨੈਲ। ਤੂੰ ਨਿਕਟ ਨਹੀਂ ਪਹੁੰਚੇ ਰਿਪਗਨ, ਪਰ ਡਰਦਾ ਮਾਰਾ ਕੋਈ ਨੇੜੇ ਜਾਂਦਾ ਨਹੀਂ, ਸ਼ੇਰ ਦੇ ਨੇੜੇ ਕੌਣ ਜਾਵੇ, ਜਿਹੜਾ ਜਾਏਗਾ ਉਹ ਖਤਮ ਹੋ ਜਾਏਗਾ। ਹਾਂਜੀ, ਮਾਰੇ ਜੋਧਾ ਇਮਲਖ ਡਰ ਮਨ, ਇਹ ਬੜਾ ਜੋਧਾ ਹੈ ਗੁਰੂ ਗੋਬਿੰਦ ਸਿੰਘ, ਇਹਦਾ ਨਾਮ ਹੈ, ਇਹ ਬਹੁਤ ਕਦੀ ਕਾਬੂ ਆਇਆ ਨਹੀਂ, ਇਹਦੇ ਤੋਂ ਕੋਈ ਬਚ ਕੇ ਗਿਆ ਨਹੀਂ, ਇਹ ਪਹਾੜੀ ਰਾਜਿਆਂ ਨੂੰ 30 ਸਾਲ ਦਾ ਤਜਰਬਾ ਹੈ, ਭੰਗਾਣੀ ਦੇ ਜੰਗ ਤੋਂ ਲੈ ਕੇ ਅੱਜ ਤਾਈਂ ਵੇਖਦੇ ਹੀ ਆ ਰਹੇ ਨੇ, ਇਸ ਕਰਕੇ ਕਹਿੰਦੇ ਆ ਵੀ ਨੇੜੇ ਜਾਣ ਦਾ ਹੌਸਲਾ ਕਿਸੇ ਦਾ ਨਹੀਂ ਪੈਂਦਾ, ਦੂਰੋਂ ਗੋਲੀਆਂ ਮਾਰਦੇ ਨੇ। ਹਾਂਜੀ, ਡੇਢ ਪਹਿਰ ਲਓ ਰਿਪਤਲ ਰੋਕੇ, ਡੇਢ ਪਹਿਰ, ਇੱਕ ਪਹਿਰ 3 ਘੰਟਿਆਂ ਦਾ ਹੁੰਦਾ, ਅਤੇ ਡੇਢ ਪਹਿਰ ਦਾ ਮਤਲਬ ਹੈ 4:30 ਘੰਟੇ, ਰਾਤ 12 ਵਜੇ ਜੰਗ ਸ਼ੁਰੂ ਹੋਇਆ ਅਤੇ ਸਵੇਰ ਦਾ ਅੰਮ੍ਰਿਤ ਵੇਲਾ 4:00 ਵਜੇ 4:30 ਵਜੇ, ਇੰਨਾ ਸਮਾਂ ਭਾਈ ਉਦੇ ਸਿੰਘ ਜੀ ਆਪਣੇ ਸਾਥੀਆਂ ਨੂੰ ਲੈ ਕੇ ਪਹਾੜੀਆਂ ਦੇ ਅਤੇ ਤੁਰਕਾਂ ਦੇ ਨਾਲ ਲੜਦੇ ਰਹੇ, 4:30 ਘੰਟੇ ਰਾਹ ਰੋਕ ਕੇ ਰੱਖਿਆ ਸ਼ਾਹੀ ਟਿੱਬੀ ਦੇ ਉੱਤੇ। ਹਾਂਜੀ, ਹਨੇ ਧਾਏ ਜਿੱਤ ਜਾਏ ਵੀ ਲੋਕੇ, ਜਿੱਧਰ ਜਾਂਦਾ ਸੀ ਵੈਰੀ ਤੇ ਆਹੂ ਲਾ ਦਿੰਦਾ ਸੀ, ਚੀਰ ਚੀਰ ਕੇ ਸੁੱਟੀ ਜਾਂਦਾ ਸੀ। ਹਾਂਜੀ, ਦੇਵ ਬਦੂਲੇ ਆਏ ਬਿਬਾਨੇ, ਉਸ ਵੇਲੇ ਸਵਰਗ ਦੀਆਂ ਪਸ਼ਰਾਵਾਂ ਉਹਦੇ ਲੈਣ ਵਾਸਤੇ ਬਿਬਾਨ ਲੈ ਕੇ ਸਵਰਗ ਤੋਂ ਆ ਗਈਆਂ। ਹਾਂਜੀ, ਮੈਂ ਬਰਹੋ ਮੈਂ ਬਰੋ ਬਖਾਨੇ, ਐਡਾ ਬਲੀ ਜੋਧਾ ਇਹਨੂੰ ਮੈਂ ਵਰਾਂਗੀ, ਦੂਜੀ ਕਹਿੰਦੀ ਨਾ ਤੂੰ ਪਰੇ ਹੱਟ, ਪਹਿਲਾਂ ਮੈਂ ਦੇਖਿਆ ਇਹ ਮੇਰਾ ਪਤੀ ਹੈ, ਮੈਂ ਵਰਾਂਗੀ। ਹਾਂਜੀ, ਐਸੋ ਮਹਾਂਵੀਰ ਮਮ ਲਾਇਕ, ਇਹੋ ਜਿਹਾ ਜੋਧਾ ਮੇਰੇ ਲਾਇਕ ਹੈ, ਆਪਸ ਵਿੱਚ ਅਪਸ਼ਰਾਵਾਂ ਝਗੜਦੀਆਂ ਨੇ ਉਹਦੇ ਨਾਲ ਵਿਆਹ ਕਰਾਉਣ ਨੂੰ। ਹਾਂਜੀ, ਰਹਿ ਇਕਾਕੀ ਲੱਖ ਹੁਕਾਇਕ, ਜਿਹੜਾ ਲੱਖਾਂ ਨਾਲ ਲੜਦਾ ਹੈ, ਜਿਹੜਾ ਇਕੱਲਾ ਹੀ ਹਜ਼ਾਰਾਂ ਦਾ ਮੁਕਾਬਲਾ ਕਰਦਾ, ਇਹ ਸਵਰਗਾਂ ਵਿੱਚ ਅਸੀਂ ਲੈ ਕੇ ਜਾਣਾ ਹੈ। ਚਲੀ ਹਜ਼ਾਰੋਂ ਜਬੈਤ ਫੰਗੰਗ, ਸਾਧ ਸੰਗਤ ਜੀ ਜਦੋਂ ਉਹਦੇ ਸਿੰਘ ਉੱਤੇ ਹਜ਼ਾਰਾਂ ਗੋਲੀਆਂ ਇਕੱਠੀਆਂ ਹੀ ਚੱਲੀਆਂ, ਫੋਰ ਦਏ ਸਗਰੀ ਸਗਰੇਹੀ ਅੰਗੰਗ, ਸਾਰੇ ਅੰਗ ਅੰਗ ਗੋਲੀਆਂ ਦੇ ਛਾਨਣੀ ਹੋ ਗਏ, ਸਾਰਾ ਸਰੀਰ ਭਾਈ ਉਹਦੇ ਸਿੰਘ ਦਾ ਗੋਲੀਆਂ ਨਾਲ ਭੰਨ ਦਿੱਤਾ। ਹਾਂਜੀ, ਮਸਤਕ ਬਿਖੇ ਲਗੀ ਜਬ ਗੋਰੀ, ਅਖੀਰਲੀ ਗੋਲੀ ਜਦੋਂ ਭਾਈ ਸਾਹਿਬ ਉਹਦੇ ਸਿੰਘ ਦੇ ਮੱਥੇ ਵਿੱਚ ਵੱਜੀ, ਗਿਰੀ ਉਸ ਮੁਖੀ ਸ਼ਤਰਨ ਓਰੀ, ਤਾਂ ਅਖੀਰਲਾ ਸਵਾਸ ਲੈਂਦਿਆਂ ਹੋਇਆਂ ਵੈਰੀ ਵੱਲ ਮੂੰਹ ਕਰਕੇ ਡਿੱਗਾ, ਪਿੱਠ ਕਰਕੇ ਨਹੀਂ ਡਿੱਗਾ, ਕਿਉਂਕਿ ਯੋਧੇ ਜਦੋਂ ਵੀ ਸ਼ਹੀਦੀ ਪਾਉਣ ਲੱਗਦੇ ਨੇ
ਇਹ ਭਾਈ ਸਾਹਿਬ ਬਾਬਾ ਫੂਲਾ ਸਿੰਘ ਅਕਾਲੀ ਦੀ ਸ਼ਹੀਦੀ ਬਾਰੇ ਪੰਡਿਤ ਸ਼ੇਰ ਸਿੰਘ ਵੀਰ ਮਿਰਗੇਸ਼ 'ਚ ਲਿਖਦੇ ਕਿ ਬੜਾ ਕਮਾਲ ਦਾ ਬਚਨ, ਕਹਿੰਦੇ ਸੂਰ ਵੀਰੋਂ ਯੋਧਿਓ ਕਾ ਇਹ ਧਰਮ ਹੀ ਹੈ ਕਿ ਜਬ ਮਰਮ ਸਥਲ ਮੇ ਗੋਲੀ ਲਾਗਤੀ ਹੈ ਤੋ ਸਨਮੁਖ ਗਿਰਤੇ ਹੈ। ਜਦੋਂ ਪਤਾ ਲੱਗੇ ਨਾ ਵੀ ਦਿਲ 'ਚ ਗੋਲੀ ਵੱਜ ਗਈ ਜਾਂ ਮੱਥੇ 'ਚ ਲੱਗ ਗਈ, ਹੁਣ ਅਖੀਰਲਾ ਸਵਾਸ ਹੈ ਅਤੇ ਫਿਰ ਅੱਗੇ ਨੂੰ ਡਿੱਗਦੇ ਪਿੱਛੇ ਨੂੰ ਨਹੀਂ ਡਿੱਗਦੇ, ਵੀ ਕੱਲ੍ਹ ਨੂੰ ਦੁਸ਼ਮਣ ਇਹ ਨਾ ਕਵੇ ਪਿੱਠ ਦਿਖਾ ਕੇ ਭੱਜਿਆ ਜਾਂਦਾ ਮਾਰਿਆ ਗਿਆ। ਤੋ ਸਾਧ ਸਿੰਘ ਜੀ ਕੱਲ੍ਹ ਬਾਬਾ ਭਾਈ ਉਦੇ ਸਿੰਘ ਸਾਹਿਬ ਜੀ ਜਦੋਂ ਮੱਥੇ 'ਚ ਗੋਲੀ ਲੱਗੀ ਦੁਸ਼ਮਣ ਵੱਲ ਡਿੱਗੇ ਹਨ। ਰਿਸ਼ਤੇ ਕਟੈ ਅਦਰ ਸੰਗ ਦੰਤਾ, ਕਹਿੰਦੇ ਅਖੀਰ ਵੇਲੇ ਦੰਦ 'ਚ ਕਚੀਚੀਆਂ ਵੱਟ ਰਿਹਾ ਸੀ ਕਿ ਅਜੇ ਵੀ ਦੁਸ਼ਮਣਾਂ ਨੂੰ ਮਾਰਨਾ ਚਾਹੁੰਦਾ ਸੀ। ਹਾਂਜੀ, ਭਇਓ ਉਦੇ ਸਿੰਘ ਕੋ ਇਮ ਅੰਤਾ, ਇਹਦਾ ਮਹਾਂਬਲੀ ਯੋਧੇ ਉਦੇ ਸਿੰਘ ਦਾ ਅੰਤ ਹੋਇਆ, ਸ਼ਹੀਦੀ ਹੋਈ ਭਾਈ ਉਦੇ ਸਿੰਘ ਦੀ ਸ਼ਾਹੀ ਟਿੱਬੀ ਉੱਤੇ। ਦੇਖ ਦੇਵਤਾ ਸਭ ਬਿਸਮਾਏ, ਉਸ ਮਹਾਂਬਲੀ ਦਾ ਯੁੱਧ ਵੇਖ ਕੇ 33 ਕਰੋੜ ਦੇਵਤੇ ਵੀ ਹੈਰਾਨ ਹੋ ਗਏ। ਗੁਰ ਪ੍ਰਤਾਪ ਜਨ ਹੈ ਸਮਦਾਏ, ਦੇਵੀ ਦੇਵਤੇ ਵੀ ਕਹਿੰਦੇ ਵੀ ਕਲਗੀਆਂ ਵਾਲਾ ਧਨ ਹੈ, ਉਹਦੇ ਅੰਮ੍ਰਿਤ ਦੀ ਸ਼ਕਤੀ ਧਨ ਹੈ। ਸੁਰ ਨਰ ਸਤਿ ਸ੍ਰੀ ਅਕਾਲ। ਸੋ ਸਾਧ ਸੰਗਤ ਜੀ, ਅੰਮ੍ਰਿਤ ਦੀ ਉਹ ਸ਼ਕਤੀ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇਸ ਅੰਮ੍ਰਿਤ ਦੀ ਸ਼ਕਤੀ ਨੂੰ ਕੁੱਲ ਸ੍ਰਿਸ਼ਟੀ ਨਮਸਕਾਰ ਕਰਦੀ ਹੈ, ਇਹ ਗੁਰੂ ਕਲਗੀਧਰ ਪਾਤਸ਼ਾਹ ਦੇ ਖੰਡੇ ਦਾ ਅੰਮ੍ਰਿਤ ਹੈ। ਹਾਂਜੀ, ਸਤਿਗੁਰ ਸਿਮਰਤ ਔਰ ਕਰ ਧਿਆਨ, ਭਾਈ ਉਦੇ ਸਿੰਘ ਅਖੀਰਲੇ ਸਮੇਂ ਆਪਣੇ ਸਤਿਗੁਰਾਂ ਨੂੰ ਸਿਮਰਦਾ ਹੋਇਆ, ਗੁਰੂ ਗੁਰੂ ਜਪਦਾ ਹੋਇਆ ਸੱਚਖੰਡ ਨੂੰ ਪਿਆਨਾ ਕਰ ਗਿਆ। ਉਦੇ ਸਿੰਘ ਛੋਰੇ ਤਬ ਪ੍ਰਾਣ, ਪ੍ਰਾਣ ਸਵਾਸ ਨਿਕਲੇ ਹਨ, ਅਖੀਰਲੇ ਸਵਾਸ ਤੇ ਵੀ ਕਲਗੀਆਂ ਵਾਲੇ ਦਾ ਨਾਮ ਹੀ ਸੀ ਮੂੰਹ ਤੇ। ਹਾਂਜੀ, ਦੋਹਰਾ ਸਭ ਸਿੰਘਨ ਕੋ ਸੰਗ ਲੈ, ਭਾਈ ਉਦੇ ਸਿੰਘ ਆਪਣੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ, ਉਦੇ ਸਿੰਘ ਬਲ ਸੂਰ ਮਹਾਬਲੀ ਯੋਧਾ ਸੂਰਮਾ, ਗੁਰੂ ਨਿਕਟ ਪਦ ਪਾਏ ਵੱਡ, ਗੁਰੂ ਕਲਗੀਆਂ ਵਾਲੇ ਦੇ ਸੱਚਖੰਡ ਦੇ ਸ਼ਹੀਦਾਂ ਦਾ ਜਰਨੈਲ ਬਣਿਆ, ਵੱਡੀ ਪਦਵੀ ਮਿਲੀ। ਹਾਂਜੀ, ਜਗ ਮਹਿ ਜਸ ਭਰਪੂਰ, ਅੱਜ ਤੱਕ ਉਹਦਾ ਜਸ ਭਰਪੂਰ ਹੈ। ਇੱਕ ਸਮਾਂ ਸੀ ਕੁਰਸ਼ੇਤਰ ਦੇ ਕੋਲ ਆਵਲ ਖੇੜੀ ਪਿੰਡ, ਮਹਾਰਾਜ 10ਵੇਂ ਪਾਤਸ਼ਾਹ ਭਾਈ ਉਦੇ ਸਿੰਘ ਨੂੰ ਦੱਸਿਆ ਸੀ, ਕੁਰਸ਼ੇਤਰ ਦੇ ਲਾਗੇ ਪਿੰਡ ਹੈ ਆਵਲ ਖੇੜੀ, ਉੱਥੇ ਉਦੇ ਸਿੰਘ ਮਹਾਰਾਜ ਨੂੰ ਪੁੱਛਦਾ, ਇੱਕ ਮਾਈ ਨੇ ਦੁੱਧ ਪਿਆਇਆ ਪਾਤਸ਼ਾਹ ਨੂੰ, ਜਿਹੜਾ ਪਿੰਡਾਂ 'ਚ ਮਿੱਟੀ ਦੀ ਚਾਟੀ 'ਚ ਦੁੱਧ ਨਹੀਂ ਗਰਮ ਕੀਤਾ ਹੁੰਦਾ, ਕਾੜਨੀ ਦਾ, ਉਹ ਕਾੜਨੀ ਦਾ ਦੁੱਧ ਮਾਈ ਨੇ ਸ਼ੱਕਰ ਪਾ ਕੇ ਖਾਲਸੇ ਨੂੰ ਅਤੇ ਗੁਰੂ ਸਾਹਿਬ ਨੂੰ ਪਿਆਇਆ। ਅਤੇ ਮਹਾਰਾਜ ਕਹਿੰਦੇ ਉਹਦੇ ਸਿਆਂ ਇਸ ਮਾਈ ਦਾ ਅਗਲਾ ਜਨਮ ਕਿੱਥੇ ਹੋਣਾ? ਕਹਿੰਦਾ ਪਾਤਸ਼ਾਹ ਤੁਸੀਂ ਦੱਸੋ। ਮਹਾਰਾਜ ਕਹਿੰਦੇ ਅਗਲੇ ਜਨਮ ਵੀ ਇਹ ਇੱਥੇ ਜਾਟਾਂ ਦੇ ਇਲਾਕੇ 'ਚ ਹਰਿਆਣੇ 'ਚ ਜੰਮੇਗੀ, ਬਿਹਾਰ ਬਾਂਗਰ 'ਚ, ਇਹਦੇ ਪੇਟ ਤੋਂ ਇੱਕ ਮਹਾਂਬਲੀ ਮਹਾਂਪ੍ਰਤਾਪੀ ਸੰਤ ਹੋਵੇਗਾ, ਉਹਦਾ ਨਾਮ ਹੋਵੇਗਾ ਜੰਮਣ ਜਤੀ, ਇਹਦਾ ਪੁੱਤਰ ਹੋਏਗਾ, ਉਹ ਜੰਮਣ ਜਤੀ ਹੋਏਗਾ। ਭਾਈ ਉਦੇ ਸਿੰਘ ਕਹਿੰਦਾ ਮਹਾਰਾਜ ਲੋਕਾਂ ਦੇ ਜਨਮ ਤਾਂ ਦੱਸ ਦਿਓ, ਮੇਰਾ ਨਹੀਂ ਦੱਸਦੇ। ਮਹਾਰਾਜ ਕਹਿੰਦੇ ਉਦੇ ਸਿੰਘ ਤੂੰ ਤਾਂ ਮੇਰੀਆਂ ਫੌਜਾਂ ਦਾ ਸਿਪਾ ਸਲਾਰ ਜਰਨੈਲ ਹੈ, 4 ਵਾਰੀ ਤੂੰ ਮੇਰੇ ਤੋਂ ਬਾਅਦ ਦੁਨੀਆ 'ਤੇ ਆਏਗਾ, 4 ਵਾਰੀ ਮੈਂ ਤੈਨੂੰ ਭੇਜਾਂਗਾ, ਤੂੰ ਖਾਲਸੇ ਦਾ ਬਾਦਸ਼ਾਹ ਬਣੇਗਾ, ਫੌਜਾਂ ਦਾ ਜਰਨੈਲ ਬਣੇਗਾ, ਉਸ ਤੋਂ ਬਾਅਦ ਤੂੰ ਮੇਰੇ ਕੋਲ ਆ ਜਾਏਗਾ ਸੱਚਖੰਡ ਵਿੱਚ। ਉਦੇ ਸਿੰਘ ਖਾਲਸੇ ਪੰਥ ਦਾ 96 ਕਰੋੜੀ ਫੌਜਾਂ ਦਾ ਵੱਡਾ ਜਰਨੈਲ ਹੈ, 100 ਸਾਖੀ 'ਚ ਆਉਂਦਾ। ਜਦੋਂ ਇਹੋ ਜਿਹਾ ਭਿਆਨਕ ਸਮਾਂ ਬਣੇਗਾ ਖਾਲਸੇ 'ਤੇ, ਜਦੋਂ ਸਾਰੇ ਪਾਸੇ ਪੰਥ ਖਾਲਸੇ ਨੂੰ, ਅੱਜ ਤਾਂ ਆਪਾਂ ਬੜੇ ਸੁੱਖ ਨਾਲ ਵਸਦੇ ਹਾਂ, ਸਮੇਂ ਜਿਸ ਤੋਂ ਵੀ ਪਤਾ ਨਹੀਂ ਕਿੱਦਾਂ ਕਿੱਦਾਂ ਦੇ ਭਿਆਨਕ ਆਉਣੇ ਨੇ,
ਉਹ ਸਮਾਂ ਜਦੋਂ ਆਏਗਾ ਤੇ ਸੌ ਸਾਖੀ ਚ ਬਚਨ ਹੈ, ਉਹਦੇ ਸਿੰਘ ਕੀ ਕਰਨੀ ਭਾਲ, ਉਹਦੇ ਸਿੰਘ ਕੋ ਰੱਖਣਾ ਨਾਲ। ਕਿ ਮਹਾਰਾਜ ਕਲਗੀਧਰ ਕਹਿੰਦੇ ਖਾਲਸਾ ਜੀ, ਉਹਦੇ ਸਿੰਘ ਨੂੰ ਲੱਭਿਆ ਜੇ, ਉਹਦੇ ਸਿੰਘ ਤੁਹਾਡਾ ਜਰਨੈਲ ਬਣੇਗਾ। ਸੋ ਭਾਈ ਉਹਦੇ ਸਿੰਘ ਸਾਹਿਬ ਜੀ ਅੱਜ ਸ਼ਹੀਦੀ ਪਾ ਗਏ। ਉਹਨਾਂ ਦੀ ਸ਼ਹੀਦੀ ਤੋਂ ਬਾਅਦ ਤੁਰਕਾਂ ਦੀ ਫੌਜ ਅੱਗੇ ਵਧੀ, ਪਤਾ ਲੱਗਾ ਵੀ ਇਹ ਗੁਰੂ ਗੋਬਿੰਦ ਸਿੰਘ ਨਹੀਂ ਸੀ, ਇਹ ਤਾਂ ਕੋਈ ਉਹਦਾ ਜਰਨੈਲ ਸੀ। ਅਸੀਂ ਸਾਰਾ ਜ਼ੋਰ ਇਹਦੇ 'ਤੇ ਲਾਤਾ, ਉਹ ਤਾਂ ਨਿਕਲ ਗਿਆ, ਅੱਗੇ ਚੱਲੋ। ਫਿਰ ਉਹ ਸਰਸਾ ਨਦੀ ਤੋਂ ਪਾਰ ਹੋ ਕੇ ਗੁਰੂ ਸਾਹਿਬ ਜੀ ਨੂੰ ਰੋਕਣ ਦੇ ਲਈ ਕਿੱਦਾਂ ਕਿੱਦਾਂ ਅੱਗੇ ਆਉਂਦੇ ਨੇ। ਅੱਗੇ ਮਲਕਪੁਰ ਰੰਗੜਾ ਪਿੰਡ ਰੋਪੜ ਤੋਂ 4 ਮੀਲ ਅਨੰਦਪੁਰ ਸਾਹਿਬ ਵੱਲ ਜਾਈਏ, ਐਨ ਰੋਡ ਦੇ ਉੱਤੇ ਹੈ, ਰੰਗੜਾ ਨੇ ਰਾਹ ਰੋਕ ਲਿਆ, ਉੱਥੇ ਗੋਲੀ ਚੱਲੀ ਹੈ। ਭਾਈ ਬਚਿੱਤਰ ਸਿੰਘ ਜੀ ਨੂੰ 2 ਗੋਲੀਆਂ ਵੱਜੀਆਂ ਬੱਖੀ ਦੇ ਵਿੱਚ। ਸਾਹਿਬਜ਼ਾਦਾ ਅਜੀਤ ਸਿੰਘ ਜੀ ਉਹਨਾਂ ਨੂੰ ਚੁੱਕ ਕੇ ਆਪਣੇ ਘੋੜੇ 'ਤੇ ਕੋਟਲਾ ਨਿਹੰਗ ਖਾਨ ਰੋਪੜ ਭੱਠਾ ਸਾਹਿਬ ਲੈ ਕੇ ਆਏ।